ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀ USA ਦੇ ਨਾਲ ਅਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਟਰੈਕਿੰਗ। ਅਪਡੇਟ ਟਰੈਕਿੰਗ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਅਤੇ ਕਈ ਖਾਸ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀ USA ਦੇ ਜਿੰਨੇ ਵੀ ਸਰੋਤੇ, ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਰਾਹੀਂ, ਫੇਸਬੁੱਕ, ਯੂਟਿਊਬ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤੇ ਹੋ। ਅੱਜ ਨਵੰਬਰ ਦੀ 2 ਤਰੀਕ ਆ, ਦਿਨ ਵੀਰਵਾਰ ਆ, ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਜੀ, ਅਤੇ ਅਪਡੇਟ ਟਰੈਕਿੰਗ ਪ੍ਰੋਗਰਾਮ ਦੇ ਵਿੱਚ ਨਵੀਆਂ ਨਵੀਆਂ ਜਾਣਕਾਰੀਆਂ ਅਤੇ ਅਪਡੇਟਸ ਲੈ ਕੇ ਜੁੜਦੇ ਨੇ ਹਰ ਵਾਰ ਦੀ ਤਰ੍ਹਾਂ ਰਮਨ ਢਿੱਲੋਂ ਜੀ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ। ਰਮਨ ਢਿੱਲੋਂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨੇ ਨੂੰ, ਪਿਆਰ ਅਤੇ ਸਤਿ ਸ਼੍ਰੀ ਅਕਾਲ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਨੂੰ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ, ਅੱਜ ਹੀ ਡਾਇਲ ਕਰੋ 468-272-2500। ਟਰਕੀ ਨਾਲ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀ ਨਾ ਟੋਰਨੀ ਟਰਕੀ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਹਰਪਾਲ ਸਿੰਘ ਵਰਜੀਨੀਆ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਹਰਜੀਤ ਸਿੰਘ ਲੈਥਰੋਪ ਐਂਟੀਲੂਪ ਟਰੱਕ ਸਟੋਪ ਵਾਲੇ ਬੰਸ, ਗੁਰਮੇਲ ਸਿੰਘ, ਬਲਵੀਰ ਕੌਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲਕ, ਗੁਰਨੇਕ ਸਿੰਘ ਫਰੈਜ਼ਨੋ ਤੋਂ, ਗਰੇਵਾਲ ਟਰੈਵਲਸ ਯੂਬਾ ਸਿਟੀ ਤੋਂ, ਅਤੇ ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੇ ਪਾਰਟਸ ਲੈ ਸਕਦੇ ਹੋ। ਅਤੇ ਇਹਨਾਂ ਦੇ ਪਾਰਟਸ ਤੁਸੀਂ ਟਰਲਕ ਤੋਂ ਵੀ ਲੈ ਸਕਦੇ ਹੋ ਅਤੇ ਇਹਨਾਂ ਦੀ ਲੋਕੇਸ਼ਨ ਇੱਕ ਸਟੋਕਟਨ 'ਤੇ ਵੀ ਹੈ, ਸਟੋਕਟਨ ਦੇ ਵਿੱਚ ਵੀ ਹੈ। ਸੋ ਇਹਨਾਂ ਸਾਰੇ ਹੀ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ। ਅਤੇ ਜੇਕਰ ਤੁਸੀਂ ਵੀ ਪੰਜਾਬ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500 ਜੀ। ਜੀ, ਸੋ ਰਮਨ ਭਾਅ ਜੀ, ਪਹਿਲਾਂ ਥੋੜ੍ਹਾ ਜਿਹਾ ਕੀ ਕੁਝ ਚੱਲ ਰਿਹਾ ਇਕੋਨਮੀ ਵਾਈਜ਼ ਟਰੈਕਿੰਗ 'ਚ, ਉਹ ਆਪਾਂ ਡਿਸਕਸ ਕਰੀਏ। ਅੱਜ ਫਰੇਟ ਵੇਵਸ ਨੇ ਇੱਕ ਜਿਹੜੀ ਨਿਊਜ਼ ਆ ਉਹ ਦਿੱਤੀ ਆ ਵੀ ਈਵਨ ਦੋ ਜਿਹੜਾ ਥਰਡ ਕੁਆਟਰ ਸੀ ਉਹਦੇ ਵਿੱਚ US ਦੀ ਇਕੋਨਮੀ 'ਚ ਵਾਧਾ ਹੋਇਆ, ਪਰ ਟਰੈਕਿੰਗ ਦੇ ਵਿੱਚ ਪੂਰਾ ਬਲੱਡ ਬਾਥ ਜਾਰੀ ਆ। ਫਿਸਕਲ ਈਅਰ ਜਿਹੜਾ 30 September ਨੂੰ ਐਂਡ ਹੁੰਦਾ ਹੈਗਾ, 17 September ਲਾਸਟ ਈਅਰ ਤੋਂ ਲੈ ਕੇ ਇਸ ਸਾਲ ਦੇ 17 September ਤਾਈਂ 35,000 USA ਦੀਆਂ ਟਰੱਕਿੰਗ ਕੰਪਨੀਆਂ ਸ਼ਟਡਾਊਨ ਹੋਈਆਂ ਹੈਗੀਆਂ। ਸੋ ਕਾਰਨ ਇਹੀ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ 2021-22 ਦੇ ਵਿੱਚ ਜਿਹੜੀਆਂ ਆ ਟਰੱਕਿੰਗ ਕੰਪਨੀਆਂ ਖੁੱਲ ਗਈਆਂ ਸੀਗੀਆਂ। ਕਹਿੰਦੇ ਵੀ January 2020 ਦੇ ਵਿੱਚ ਜੋ ਅਥਾਰਟੀਜ਼ ਜਿਹੜੀਆਂ ਸੀਗੀਆਂ ਲੋਕਾਂ ਦੀਆਂ, ਮੋਸਟਲੀ 2,55,000 ਸੀਗੀਆਂ, ਰਾਈਟ ਨਾਓ 3,63,000 ਆ। ਸੋ ਮੋਸਟਲੀ ਜਿਹੜੇ ਟਰੱਕਰਸ ਆ ਇਹ 10 ਜਾਂ ਉਹਨਾਂ ਤੋਂ ਘੱਟ ਜਿਹੜੇ ਟਰੱਕ ਜਿਹਨਾਂ ਕੋਲ ਟਰੱਕ ਫਲੀਟਸ ਆ ਉਹੀ ਹੈਗੇ ਆ। ਹਜੇ ਵੀ ਜਿਹੜੀ ਸਿਚੁਏਸ਼ਨ ਆ ਬਹੁਤ ਬੈਡ ਆ, ਕਿਉਂਕਿ ਜਿਹੜੇ ਰੇਟਸ ਹੈਗੇ ਆ ਐਵਰੇਜ ਪਰ ਮਾਈਲ ਜਿਹੜਾ ਸਪੋਟ ਰੇਟ ਆ ਟਰੱਕਿੰਗ ਫਲੀਟ ਦਾ ਹੁਣ $1.54 ਆ, ਪਿਛਲੇ ਸਾਲ ਨਾਲੋਂ 11.6% ਘੱਟ ਆ, ਤੇ ਉਹ ਤੋਂ ਪਿਛਲੇ ਸਾਲ ਨਾਲੋਂ 2021 ਨਾਲੋਂ 34.4% ਘੱਟ ਹੈਗਾ ਇਹ ਫਰੇਟ ਵੇਵ ਨੈਸ਼ਨਲ ਟਰੱਕ ਲੋਡ ਇੰਡੈਕਸ ਦੇ ਮੁਤਾਬਕ। ਪਰ ਦੂਸਰਾ ਇਹ ਆ ਵੀ ਜਿਹੜਾ ਓਪਰੇਟਿੰਗ ਕੋਸਟ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ, ਸਾਰਾ ਰੀਪੇਅਰ, ਉਹਦੀਆਂ ਜਿਹੜੇ ਇੰਟਰਸਟ ਰੇਟ ਅਤੇ ਨਾਲ ਦੀ ਨਾਲ ਗੈਸ ਦੀਆਂ ਪ੍ਰਾਈਸ, ਸੋ ਇਹ ਬਹੁਤ ਜ਼ਿਆਦਾ ਜੋ ਆ ਹਰਟ ਕਰ ਰਿਹਾ ਹੈ। ਬਿਲਕੁਲ ਸਹੀ ਗੱਲ ਆ ਜੀ, ਜਿਹੜਾ ਆਪਣਾ ਇਸ ਵੇਲੇ ਸਿਚੁਏਸ਼ਨ ਹੈਗੀ ਆ ਉਹ ਕਾਫੀ ਵਿਗੜੀ ਹੋਈ ਆ, ਪਰ ਡੈਫੀਨੇਟਲੀ ਉਹਦੇ ਵਿੱਚ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਕਾਫੀ ਮਤਲਬ ਕਿ ਪੋਜ਼ਿਟਿਵ ਵੀ ਹੈਗੀਆਂ। CRST ਵੱਲੋਂ ਜਿਹੜੀ ਆ ਇੱਕ ਐਕੁਜ਼ੀਸ਼ਨ ਕੀਤੀ ਜਾ ਰਹੀ ਆ ਲਾਰਕਿਨ BCB ਟਰਾਂਸਪੋਰਟ ਦੀ, CH ਰਾਬਿਨਸਨ ਵੱਲੋਂ ਵੀਕਰ ਕੁਆਟਰ ਜਿਹੜਾ ਦੱਸਿਆ ਗਿਆ ਹੈਗਾ, ਜਿਹੜੀ ਆਪਣੀ ਕੰਪਨੀ ਬੰਦ ਹੋ ਗਈ ਸੀ ਕੌਨਵੋਏ ਦਾ ਜਿਹੜਾ ਟੈਕਨੋਲੋਜੀ ਸਟੈਕ ਹੈਗਾ ਆ ਉਹ ਫਲੈਕਸਪੋਰਟ ਨੇ ਬਾਏ ਕਰ ਲਿਆ, ਕੋਈ ਅਜੇ ਉਹਦਾ ਰੈਵਨਿਊ ਨਹੀਂ ਦੱਸਿਆ, ਉਹਦਾ ਸਭ ਨਹੀਂ ਦੱਸਿਆ ਕਿਹਦੇ ਲਈ ਆ। ਤੇ ਵਾਰਨਰ ਵੱਲੋਂ ਵੀ ਜਿਹੜੀਆਂ ਸਲਾਈਟਲੀ ਲਾਈਟ ਐਕਸਪੈਕਟੇਸ਼ਨ ਦੱਸੀਆਂ ਗਈਆਂ ਆ। ਕਮਿੰਸ ਜਿਹੜਾ ਇੰਜਨ ਮੈਨੂਫੈਕਚਰ ਹੈਗਾ ਉਹਨਾਂ ਦੇ ਵੱਲੋਂ ਕਾਫੀ ਵਧੀਆ ਜਿਹੜਾ ਦੱਸਿਆ ਗਿਆ ਹੈਗਾ, ਜਿਹੜਾ ਉਹਨਾਂ ਦਾ ਰੈਵਨਿਊ ਹੈਗਾ ਐਸਟੀਮੇਟ ਹੈਗੇ ਆ। ਸੋ ਮਿਕਸ ਜੀ ਕੰਡੀਸ਼ਨ ਹੈਗੀ ਆ ਸਾਰੇ ਪਾਸਿਓਂ, ਜਿਹਦੇ ਵਿੱਚ ਕਿ ਇਹ ਚੀਜ਼ ਇਸ ਵੇਲੇ ਦੱਸੀ ਜਾ ਰਹੀ ਹੈ ਕਿ ਜੋ ਵੀ ਕੁਛ ਹੋ ਰਿਹਾ, ਜਿੰਨਾ ਵੀ ਕੁਛ ਹੋ ਰਿਹਾ ਇਸ ਵੇਲੇ,
ਉਹ ਇਨਫ ਨਹੀਂ ਹੈਗਾ ਜੇ ਆਪਾਂ ਕਹੀਏ ਵੀ ਆਪਣੀ ਜਿਹੜੀ ਟਰਕਿੰਗ ਇਕਾਨਮੀ ਹੈਗੀ ਉਹਨੂੰ ਸਪੋਰਟ ਕਰਨ ਦੇ ਲਈ। ਡੈਫੀਨੇਟਲੀ ਜਿਹੜਾ ਕੱਲ ਦਾ ਆਪਣਾ ਇੰਟਰਸਟ ਰੇਟ ਹਾਈਕ ਹੈਗਾ ਉੱਥੇ ਆਪਾਂ ਦੇਖਿਆ ਹੈਗਾ ਕਿ 22 ਸਾਲਾਂ ਦਾ ਹਾਈਐਸਟ ਰੇਟ ਹੈਗਾ ਇਸ ਵੇਲੇ, ਔਰ ਟਰਾਈ ਕੀਤੀ ਜਾ ਰਹੀ ਆ ਕਿ ਜਿਹੜੀ ਇਨਫਲੇਸ਼ਨ ਹੈ ਕੰਟਰੋਲ ਕੀਤੀ ਜਾ ਸਕੇ, ਪਰ ਸਟਿਲ ਆਪਾਂ ਜਿੱਦਾਂ ਗੱਲ ਕੀਤੀ ਹੈ ਕਿ ਬਹੁਤ ਇਕਾਨਮੀ ਜਿਹੜੀ ਆ ਉਹ ਸਟਿਲ ਗਰੋਥ ਦੇ ਵਿੱਚ ਹੈਗੀ ਆ। ਸੋ ਐਰ ਕੀ ਇਹ ਚੀਜ਼ ਜ਼ਰੂਰ ਹੈਗੀ ਆ ਕਿ ਜਿਹੜੀ ਮਿਕਸ ਸਾਰਾ ਜਿਹੜਾ ਜਿਹੜਾ ਜਿਹੜੀ ਚੀਜ਼ ਹੈਗੀ ਉਹ ਬਹੁਤ ਮਿਕਸ ਰਿਐਕਸ਼ਨ ਹੈਗੀ ਆ। ਇਸ ਵੇਲੇ ਇੱਕ ਹੋਰ ਸਿਚੁਏਸ਼ਨ ਵੀ ਜਿਹੜੀ ਬਣੀ ਹੋਈ ਆ ਉਹ ਇਹ ਆ ਕਿ ਜਿਹੜੀ ਪੈਨਮਾ ਕਨਾਲ ਹੈਗੀ ਆ ਉਹਦੇ ਵਿੱਚ ਜਿਹੜੀ ਆ ਉਹ ਉਹਦੀ ਸਪਲਾਈ ਜਿਹੜੀ ਚੇਨ ਹੈ ਉੱਥੇ ਜਾਂ ਸਪਲਾਈ ਜਿਹੜੀ ਆ ਉਹ ਥੋੜ੍ਹੀ ਕੰਸਟ੍ਰੇਨ ਹੋਈ ਆ, ਉਹਦੇ ਕਰਕੇ ਜਿਹੜੀ ਹੋਲੀਡੇ ਸ਼ਿਪਿੰਗ ਹੈਗੀ ਆ ਉਹਦੇ ਵਿੱਚ ਵੀ ਫਰਕ ਪੈ ਸਕਦਾ, ਲੋਡ ਜਿਹੜੇ ਆ ਉਹ ਘੱਟ ਸਕਦੇ ਆ। ਸੋ ਕਈ ਚੀਜ਼ਾਂ ਜਿਹੜੀਆਂ ਕਈ ਫੈਕਟਰ ਜਿਹੜੇ ਹੈਗੇ ਆ ਉਹ ਆਪਣੇ ਹਰਟ ਕਰ ਰਹੇ ਆ, ਔਰ ਜਿਵੇਂ ਕਿ ਆਪਾਂ ਲਾਸਟ ਈਅਰ ਵੀ ਦੇਖਿਆ ਸੀ ਜਿਹੜੀ ਆਪਣੀ ਵਿੰਟਰ ਸੀਗੀ ਕਾਫੀ ਲੰਬੀ ਸੀਗੀ, ਔਰ ਕਾਫੀ ਆਪਾਂ ਜਿਹੜੀ ਆ ਬਰਸਾਤ ਜਾਂ ਸਨੋਫਾਲ ਬਹੁਤ ਜਾਰੀ ਹੋਈ ਸੀ। ਇਸ ਸਾਲ ਵੀ ਜਿਹੜੀ ਵਿੰਟਰ ਹੈਗੀ ਆਪਣੀ ਬੇਸਿਕਲੀ ਸਟਾਰਟ ਹੋ ਚੁੱਕੀ ਆ। ਜਿਹੜਾ ਆਪਣਾ ਈਸਟ ਕੋਸਟ ਹੈਗਾ ਉੱਤੇ ਪਹਿਲਾ ਜਿਹੜਾ ਬਿਗ ਸਟਰੋਮ ਹੈਗਾ ਆ ਸਨੋ ਸਟਰੋਮ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਨਾ ਇੱਕ ਇਸ ਸਾਲ ਬਹੁਤ ਆਪਾਂ ਨੂੰ ਕਲੋਜ਼ਲੀ ਵਾਚ ਕਰਨ ਵਾਲੀ ਗੱਲ ਹੋਊਗੀ ਕਿ ਆਪਾਂ ਸ਼ਾਇਦ ਪਹਿਲਾਂ ਇਹ ਨਹੀਂ ਸੀ ਸੋਚਿਆ ਜਾਂ ਸਮਝਿਆ ਕਿ ਜਿਹੜੀ ਵੈਦਰ ਹੈਗਾ ਉਹ ਬਹੁਤ ਵੱਡਾ ਰੋਲ ਪਲੇ ਕਰਦਾ ਆ, ਕਿਉਂਕਿ ਪ੍ਰੋਡਿਊਸ ਜਿਹੜਾ ਹੈਗਾ ਆ ਉਹਦੇ ਵਿੱਚ ਬੜਾ ਵੱਡਾ ਰੋਲ ਅਦਾ ਕਰਦਾ, ਔਰ ਖਾਸ ਕਰਕੇ ਕੈਲੀਫੋਰਨੀਆ ਜਾਂ ਵੈਸਟ ਕੋਸਟ ਜਾਂ ਮੈਕਸੀਕੋ ਵਾਲਾ। ਸੋ ਮੇਰੇ ਖਿਆਲ ਦੇ ਵਿੱਚ ਓਵਰਆਲ ਜਿਹੜਾ ਆ ਕਾਫੀ ਡਿਸਾਈਡਿੰਗ ਫੈਕਟਰ ਹੋਣਾ ਹੈ। ਔਰ ਜਿੱਦਾਂ ਤੁਸੀਂ ਦੱਸਿਆ ਕਿ ਇੰਨੀਆਂ ਕੰਪਨੀਆਂ 35,000 ਦੀ ਕੰਪਨੀਆਂ ਬੰਦ ਹੋਈਆਂ ਹੈਗੀਆਂ, ਕੰਪਨੀਆਂ ਖੁੱਲੀਆਂ ਵੀ ਬਹੁਤ ਜਾ ਰਹੀਆਂ ਸੀਗੀਆਂ, ਔਰ ਮੇਰੇ ਖਿਆਲ ਦੇ ਵਿੱਚ ਇੱਥੇ ਸ਼ਾਇਦ ਹੋ ਸਕਦਾ ਕਿ ਹੋਰ ਕੰਪਨੀਆਂ ਵੀ ਬੰਦ ਹੋਣ, ਪਰ ਇਸ ਤੋਂ ਪਹਿਲਾਂ ਬੰਦ ਹੋਣ ਤੋਂ ਪਹਿਲਾਂ ਸ਼ਾਇਦ ਕਿ ਯੂਨੋ ਸਟਿਲ ਅਜੇ ਜਿਹੜਾ ਆ ਟਾਈਮ ਅਜੇ ਲੱਗ ਰਿਹਾ ਹੈਗਾ, ਔਰ ਆਹ ਜਿਹੜੀ ਆ ਸਾਲ ਆ ਇਹ ਬੜੀ ਡਿਸਾਈਡਿੰਗ ਫੈਕਟਰ ਹੋਊਗਾ ਇਹਦੇ ਵਿੱਚ। ਜੀ ਸੋ ਸਰੋਤਿਓ, ਸਾਡਾ ਜਿਹੜਾ ਇਹ ਪ੍ਰੋਗਰਾਮ ਆ ਲਾਈਵ ਚੱਲ ਰਿਹਾ 9 ਵਜੇ ਤੋਂ ਲੈ ਕੇ 10 ਵਜੇ ਤਾਈਂ ਟਰੱਕਿੰਗ ਇਸ਼ੂਜ਼ ਨੂੰ ਲੈ ਕੇ। ਕੋਈ ਵੀ ਭੈਣ ਭਰਾ ਜਿਹੜਾ ਆ ਤੁਹਾਡੇ ਟਰੱਕਿੰਗ ਦੇ ਨਾਲ ਰਿਲੇਟਡ ਕੁਐਸਚਨ ਹੈਗਾ ਕਾਲ ਕਰ ਸਕਦੇ ਆ। ਤੁਸੀਂ ਕਿਸ ਤਰ੍ਹਾਂ ਫੀਲ ਕਰ ਰਹੇ ਆ ਤੁਹਾਡੀ ਇੰਡਸਟਰੀ ਦੇ ਵਿੱਚ, ਜਾਂ ਕੋਈ ਤੁਹਾਡਾ ਹੋਰ ਟੈਕਨੀਕਲ ਕੁਐਸਚਨ ਹੈਗਾ 408-272-5200 ਤੇ ਕਾਲ ਕਰ ਸਕਦੇ ਹੋ। ਅੱਗੇ ਚਲੀਏ, ਰਮਨ ਜੀ ਕਹਿੰਦੇ ਵੀ ਜਿਹੜੇ ਟਰੱਕਰਸ ਆ ਉਹ FMCSA ਨੂੰ ਪੁਸ਼ ਕਰ ਰਹੇ ਆ ਵੀ ਜਿਹੜੇ ਬ੍ਰੋਕਰਸ ਆ ਉਹ ਡਿਟੈਂਸ਼ਨ ਟਾਈਮ ਪੇ ਕਰਨ। ਇਹ ਇੱਕ ਕਹਿੰਦੇ ਬਹੁਤ ਵੱਡਾ ਇਸ਼ੂ ਆ, ਇਹਦੇ ਨਾਲ ਸੇਫਟੀ ਦਾ ਇਸ਼ੂ ਬਣਦਾ ਆ, ਕਿਉਂਕਿ ਜਦੋਂ ਟਾਈਮ ਉੱਥੇ ਫਸੇ ਰਹਿੰਦੇ ਆ, ਜਦੋਂ ਉਹਨਾਂ ਨੂੰ ਹੁੰਦਾ ਵੀ ਹਾਂ ਇੰਨੇ ਟਾਈਮ ਦੇ ਵਿੱਚ ਡਿਲੀਵਰ ਕਰਨਾ, ਫਿਰ ਭੱਜਦੇ ਆ, ਰੂਲ ਤੋੜਦੇ ਆ, EELD ਲੱਗਦੀ ਹੈਗੀ ਆ, ਇਹ ਵੀ ਇੱਕ ਜਿਹੜਾ ਵੱਡਾ ਇਸ਼ੂ ਚੱਲ ਰਿਹਾ ਆ। ਬਹੁਤ ਸਾਰੇ ਇਹਦੇ ਤੇ ਕਮੈਂਟਸ ਮੰਗੇ ਗਏ ਸੀ, ਜਿਹੜੇ ਕਮੈਂਟਰਸ ਆ ਉਹਨਾਂ ਨੇ ਇਹ ਵੀ ਕਿਹਾ ਆ ਵੀ ਜਿਹੜੇ ਘੱਟੋ ਘੱਟ $100 ਪਰ ਆਵਰ ਟੈਂਸ਼ਨ ਟਾਈਮ ਜੋ ਆ ਸਾਨੂੰ ਦੇਣਾ ਚਾਹੀਦਾ, ਚਾਹੇ ਬ੍ਰੋਕਰ ਹੋਵੇ, ਸ਼ਿਪਰ ਹੋਵੇ ਜਾਂ ਰਿਸੀਵਰ ਹੋਵੇ। ਬਿਲਕੁਲ ਭਾਜੀ, ਇਹ ਡਿਟੈਂਸ਼ਨ ਟਾਈਮ ਦਾ ਜਿਹੜਾ ਦੇਖੋ ਇਹ ਬਹੁਤ ਦੇਰ ਤੋਂ ਚੱਲਿਆ ਆ ਰਿਹਾ। ਮੇਰੇ ਖਿਆਲ ਜਦੋਂ ਡਿਟੈਂਸ਼ਨ ਦੀ ਗੱਲ ਕੀਤੀ ਗਈ ਸੀ ਉਦੋਂ ਜਿਹੜਾ ਆਪਣਾ ਕਾਮੈਂਟ ਪੀਰੀਅਡ ਸੀਗਾ ਉਹਦੇ ਵਿੱਚ ਕੋਈ ਇੰਨੇ ਜ਼ਿਆਦਾ ਕਾਮੈਂਟਸ ਨਹੀਂ ਸੀ ਆਏ ਹੈਗੇ, ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਐਕਸੈਪਸ਼ਨਲ ਕਾਮੈਂਟ ਸੀਗੇ। ਔਰ ਮੇਰੇ ਖਿਆਲ ਇਹ ਪੇਨ ਪੁਆਇੰਟ ਹੈਗਾ ਹਰੇਕ ਟਰੱਕਿੰਗ ਕੰਪਨੀ ਦਾ, ਹਰੇਕ ਟਰੱਕਰ ਦਾ ਪੇਨ ਪੁਆਇੰਟ ਹੈਗਾ, ਪਰ ਉਹ ਪੇਨ ਪੁਆਇੰਟ ਜਿੰਨੀ ਦੇਰ ਤੱਕ ਉੱਥੇ ਨਹੀਂ ਦੇਖਦਾ ਹੈਗਾ, ਜਿੰਨੀ ਦੇਰ ਤੱਕ ਉਹ ਪੇਨ ਪੁਆਇੰਟ ਉੱਥੇ ਨਜ਼ਰ ਨਹੀਂ ਆਉਂਦਾ, ਉਨੀ ਦੇਰ ਤੱਕ ਇਸ ਚੀਜ਼ ਤੇ ਕੰਮ ਹੋਣਾ, ਕੰਮ ਕਰਨਾ ਬਹੁਤ ਔਖਾ ਹੈਗਾ। ਅਸੀਂ ਵਾਰ ਵਾਰ ਇਹ ਚੀਜ਼ਾਂ ਕਹਿੰਦੇ ਹੁੰਦੇ ਹਾਂ ਜਦੋਂ ਵੀ ਕੋਈ ਟਾਈਮ ਆਉਂਦਾ ਆ, ਕਾਮੈਂਟ ਪੀਰੀਅਡ ਦਾ ਟਾਈਮ ਆਉਂਦਾ, ਕੁਛ ਵੀ ਆਉਂਦਾ, ਉਦੋਂ ਹਮੇਸ਼ਾ ਇਹ ਗੱਲ ਕਹੀਦੀ ਆ ਕਿ ਕਾਮੈਂਟਸ ਕਰੋ, ਕਾਮੈਂਟ ਕਰੋ, ਕਿਉਂਕਿ ਕਾਮੈਂਟਸ ਜਿਹੜੇ ਆ ਉੱਥੇ ਹੀ ਸਾਰੀ ਗੱਲ ਜਿਹੜੀ ਆ ਜਾ ਕੇ ਹੁੰਦੀ ਆ। ਹੁਣ ਵੀ ਇਸ ਵੇਲੇ ਵੀ ਕਪਲ ਆਫ ਪਲੇਸਿਸ ਹੈਗੀਆਂ ਜਿਹੜੀਆਂ ਇੱਕ ਕਾਮੈਂਟ ਚੱਲ ਰਿਹਾ ਹੈਗਾ, ਪਰ ਮੇਰੇ ਖਿਆਲ ਨਹੀਂ ਉੱਥੇ ਕਿਸੇ ਦਾ ਵੀ ਧਿਆਨ ਹੈਗਾ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਆਪਾਂ ਇੱਥੇ ਸਾਡਾ ਮਕਸਦ ਆਣ ਕੇ ਰੇਡੀਓ 'ਤੇ ਟਾਈਮ ਕੱਢ ਕੇ ਸਟੱਡੀ ਕਰਕੇ ਸਾਰਾ ਕੁਝ ਦੇਖ ਕੇ ਆਣ ਕੇ ਇੱਥੇ ਤੁਹਾਡੇ ਨਾਲ ਗੱਲ ਕਰਨ ਦਾ ਮਕਸਦ ਸਾਡਾ ਇਹੋ ਹੀ ਹੁੰਦਾ ਕਿ ਅਵੇਅਰਨੈਸ ਲਿਆ ਸਕੀਏ ਤੁਹਾਡੇ ਅੰਦਰ। ਔਰ ਅਵੇਅਰਨੈਸ ਦਾ ਮਤਲਬ ਇਹ ਆ ਵੀ ਜੇ ਤੁਸੀਂ ਸਮਝ ਗਏ ਆ, ਜੇ ਤੁਸੀਂ ਅੰਡਰਸਟੈਂਡ ਕਰ ਗਏ ਆ, ਤੇ ਉੱਤੇ ਰਿਐਕਟ ਤੁਸੀਂ ਕਰਨਾ ਆ, ਉਹਦੇ ਵਿੱਚ ਅਸੀਂ ਪ੍ਰੀਟੀ ਮੱਚ ਕੁਛ ਨਹੀਂ ਕਰ ਸਕਦੇ ਹੈਗੇ। ਸਾਡਾ ਕੰਮ ਤੁਹਾਨੂੰ ਅਵੇਅਰ ਕਰਨਾ,
ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਚਾਹੇ ਆਪਣੀ ਡਿਟੈਂਸ਼ਨ ਟਾਈਮ ਹੈਗਾ, ਅਸੀਂ ਵਾਰ ਵਾਰ ਇਹ ਚੀਜ਼ ਕਹਿ ਰਹੇ ਹਾਂ ਕਿ ਸਾਨੂੰ ਸਾਡੀਆਂ ਟਰੱਕਿੰਗ ਕੰਪਨੀਆਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਜਦੋਂ ਬ੍ਰੋਕਰ ਕੈਰੀਅਰ ਐਗਰੀਮੈਂਟ ਹੁੰਦਾ ਆ, ਜਦੋਂ ਬ੍ਰੋਕਰ ਆਪਣਾ ਐਗਰੀਮੈਂਟ ਸਾਈਨ ਕਰਵਾਉਂਦਾ ਆ, ਕੈਰੀਅਰ ਕਿਉਂ ਨੀ ਆਪਣਾ ਐਗਰੀਮੈਂਟ ਸਾਈਨ ਕਰਵਾਉਂਦਾ, ਕਿਉਂ ਇਹ ਇਸ ਚੀਜ਼ ਦੇ ਭੁਲੇਖੇ ਚ ਆ ਕਿ ਜੇ ਮੈਂ ਏਦਾਂ ਦੀ ਕੋਈ ਗੱਲ ਕੀਤੀ ਆਹ ਕੀਤੀ ਮੈਨੂੰ ਉਹਨੇ ਲੋਡ ਨੀ ਦੇਣਾ। ਇਹ ਚੀਜ਼ਾਂ ਸਾਨੂੰ ਉਦੋਂ ਸੋਚਣੀਆਂ ਚਾਹੀਦੀਆਂ ਸੀ 2021 ਚ 22 ਚ ਜਦੋਂ ਸਾਡੀ ਆਪਣੀ ਕੈਰੀਅਰ ਦੀ ਮਾਰਕੀਟ ਸੀ, ਜਦੋਂ ਬ੍ਰੋਕਰ ਜਿਹੜਾ ਸੀ ਉਹ ਟਰੱਕ ਨਹੀਂ ਸੀ ਲੱਭਦਾ, ਉਦੋਂ ਇਹ ਕੰਟਰੈਕਟ ਸਾਈਨ ਕਰਵਾਉਣੇ ਚਾਹੀਦੇ ਸੀਗੇ। ਅੱਜ ਦੀ ਤਰੀਕ ਯੈਸ ਅੱਜ ਦੀ ਤਰੀਕ ਚ ਤੁਸੀਂ ਰਿਸੀਵਿੰਗ ਐਂਡ ਤੇ ਆ, ਅੱਜ ਦੀ ਤਰੀਕ ਚ ਬ੍ਰੋਕਰ ਜਿਹੜਾ ਆ ਉਹ ਟਫ ਆ, ਠੀਕ ਹੈ ਨਾ, ਤੁਹਾਡੀ ਕੈਰੀਅਰ ਦੀ ਮਾਰਕੀਟ ਨੀ ਬ੍ਰੋਕਰ ਦੀ ਮਾਰਕੀਟ ਹੈ, ਜਾਂ ਡੈਫੀਨੇਟਲੀ ਬ੍ਰੋਕਰ ਨੇ ਇਸ ਵੇਲੇ ਨਹੀਂ ਕੰਟਰੈਕਟ ਸਾਈਨ ਕਰਨਾ, ਪਰ ਜਿੱਦਣ ਤੁਹਾਡੀ ਮਾਰਕੀਟ ਆ ਉਦਣ ਦਾ ਇਹ ਸਮਝ ਕੇ ਆਪਣੇ ਕੰਟਰੈਕਟ ਸਾਈਨ ਕਰਵਾਓ ਨਾ, ਕਿਉਂਕਿ ਉਦਣ ਜੇ ਤੁਸੀਂ ਸਾਲ ਦਾ ਕੰਟਰੈਕਟ ਸਾਈਨ ਕਰਵਾਇਆ ਹੋਊਗਾ ਤੇ ਅਗਲੇ ਸਾਲ ਤੱਕ ਤਾਂ ਤੁਸੀਂ ਸੌਖੇ ਰਹੋਗੇ ਨਾ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇੱਥੇ ਆਪਾਂ ਮੰਗਣ ਦੇ ਨਾਲ ਕੋਈ ਕੁਛ ਨਹੀਂ ਦਿੰਦਾ, ਇੱਥੇ ਹੱਕ ਲੈਣਾ ਪੈਂਦਾ ਔਰ ਹੱਕ ਇੱਥੇ ਕਾਨੂੰਨ ਤੌਰ ਤੇ ਲੈਣਾ ਪੈਣਾ ਆ, ਇੱਥੇ ਮੰਗਣ ਤੇ ਕਿਸੇ ਨੇ ਕੁਛ ਨਹੀਂ ਦੇਣਾ। ਜੀ ਬਿਲਕੁਲ, ਅਮੈਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਵੀ ਇਹ ਕਿਹਾ ਸੀ FMCSA ਨੂੰ ਕਿ ਇਹ ਜੋ ਡਿਟੈਂਸ਼ਨ ਟਾਈਮ ਹੈ ਇਹਨੂੰ ਰੈਗੂਲੇਟ ਕਰਨਾ ਚਾਹੀਦਾ ਹੈ। ਇਹ ਇੱਕ ਇਕਨੋਮਿਕ ਇਸ਼ੂ ਤਾਂ ਹੈਗਾ ਹੈ, ਨਾਲ ਦੀ ਨਾਲ ਜਿਹੜਾ ਆ ਕੈਰੀਅਰ ਤੇ ਕਸਟਮਰਸ ਨੂੰ ਵੀ ਇਹ ਐਡਰੈਸ ਕਰਨਾ ਪਊਗਾ। ਸੋ ਇਹ ਸੇਫਟੀ ਇਸ਼ੂ ਆ, ਜਿਸ ਤਰ੍ਹਾਂ ਆਪਾਂ ਦੱਸਿਆ ਫਟੀਗ ਹੁੰਦਾ, ਸਪੀਡਿੰਗ ਕਰਦੇ ਆ, ਸਾਰਾ ਕੁਛ ਇਹਦੇ ਵਿੱਚ ਜਿਹੜਾ ਵਾਪਰਦਾ ਹੈਗਾ। ਜੀ ਅੱਗੇ ਵਧਣ ਤੋਂ ਪਹਿਲਾਂ ਰਮਨ ਜੀ, ਅੱਗੇ ਵਧਣ ਤੋਂ ਪਹਿਲਾਂ ਆਪਾਂ ਇੱਕ ਜਿਹੜੀ ਜਾਣਕਾਰੀ ਉਹ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰ ਦਈਏ ਚਲੀਏ ਕਿ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜੇ ਤੁਸੀਂ ਕਾਲ ਕਰਕੇ ਜੁੜੋ ਤਾਂ ਬਹੁਤ ਧੰਨਵਾਦ, ਕਿਉਂਕਿ ਅਖੀਰਲੇ ਹਿੱਸੇ ਦੇ ਵਿੱਚ ਆਪਾਂ ਦੇਖਿਆ ਕਾਲਸ ਬਹੁਤ ਹੁੰਦੀਆਂ ਨੇ ਅਤੇ ਸਾਰੇ ਸਵਾਲਾਂ ਨੂੰ ਫਿਰ ਐਡਰੈਸ ਕਰਨਾ ਔਖਾ ਹੈ। ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਸਟੂਡੀਓ ਦਾ ਨੰਬਰ ਹੈ 408-272-5500। ਜੀ ਰਮਨ ਜੀ, ਮੈਂ ਇੱਥੇ ਨਾ ਇਹੋ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਅਸੀਂ ਇਹ ਚੀਜ਼ ਕਹਿੰਦੇ ਆ ਨਾ ਕਿ ਆਹ ਚੀਜ਼ ਆਹ ਕੰਮ ਜਿਹੜੇ ਆ ਇਹ ਕਰਨੇ ਜ਼ਰੂਰੀ ਆ ਜਾਂ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਹੈਗੀਆਂ, ਇਹ ਚੀਜ਼ਾਂ ਤੇ ਧਿਆਨ ਦੇਣਾ ਕਿ ਜਿਹੜਾ ਮੇਜਰ ਹੈਗਾ ਆ, ਜਿਹੜੀ ਆਪਾਂ ਕਿਸੇ ਨੂੰ ਪ੍ਰੈਸ਼ਰ ਪੁਸ਼ ਨਹੀਂ ਕਰਦੇ ਹੈਗੇ, ਪਰ ਡੈਫੀਨੇਟਲੀ ਜਿਹੜੀਆਂ ਆਪਾਂ ਗੱਲਾਂ ਇੱਥੇ ਦੱਸਦੇ ਹਾਂ ਕਰਦੇ ਹਾਂ ਉੱਤੇ ਧਿਆਨ ਦੇਣ ਦੇ ਨਾਲ ਨਾਲ ਉੱਤੇ ਐਕਸ਼ਨ ਕਰਨਾ ਵੀ ਜ਼ਰੂਰੀ ਹੈਗਾ। ਜੀ ਜੀ, ਅਗਲੀ ਖਬਰ ਵਿੱਚ ਚੱਲੀਏ। ਜਿਹੜੇ ਓਨਰ ਓਪਰੇਟਰ ਇੱਕ ਗਰੁੱਪ ਹੈਗਾ, ਨੈਸ਼ਨਲ ਓਨਰ ਓਪਰੇਟਰ ਐਸੋਸੀਏਸ਼ਨ, ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈ ਵੀ ਉਹ ਨੇਸ਼ਨ ਵਾਈਡ ਟਰੱਕਰ ਦੀ ਸ਼ਟਡਾਊਨ ਕਰਨ ਜਾ ਰਹੇ ਆ, ਸਟ੍ਰਾਈਕ ਕਰਨ ਜਾ ਰਹੇ ਆ। ਇਹਨਾਂ ਉਹ ਜਿਹੜਾ ਰੀਜ਼ਨ ਉਹਨੇ ਇਹ ਦੱਸਿਆ ਵੀ ਜੋ ਕਾਂਗਰਸ ਆ ਉਹ ਫੇਲ ਹੋਈ ਆ 49 ਕੋਡ ਆਫ ਫੈਡਰਲ ਰੈਗੂਲੇਸ਼ਨ, ਜਿਹੜਾ 371.3 ਹੈਗਾ ਉਹਨੂੰ ਇਨਫੋਰਸ ਕਰਨ ਦੇ ਲਈ। ਇਸ ਕੋਡ ਦੇ ਮੁਤਾਬਕ ਇਹ ਆ ਵੀ ਜਿਹੜੇ ਫਰੇਟ ਬ੍ਰੋਕਰਸ ਆ ਉਹਨਾਂ ਨੂੰ ਰੈਕਰਡਸ ਰੱਖਣੇ ਪਊਗੇ ਹਰ ਇੱਕ ਟ੍ਰਾਂਜੈਕਸ਼ਨ ਦੇ। ਕਹਿੰਦੇ ਵੀ ਇਹ ਜਿਹੜਾ ਬਾਈਕਾਟ ਆ ਇਹ ਮਾਰਚ ਮਹੀਨੇ 'ਚ ਵੀ ਉਹਨੇ ਅਨਾਊਂਸ ਕੀਤਾ ਸੀ, ਪਰ ਹੁਣ ਇਹ ਆ ਰਿਹਾ ਵੀ ਜੋ 70% ਦੇ ਕਰੀਬ ਉਹਨਾਂ ਦੇ ਜੋ ਮੈਂਬਰਸ ਆ, 30,000 ਪਲੱਸ ਮੈਂਬਰ ਆ ਇਸ ਐਸੋਸੀਏਸ਼ਨ ਦੇ, ਉਹਨਾਂ ਨੇ ਇਹ ਕਿਹਾ ਆ ਵੀ ਕੋਸਟ ਟੂ ਕੋਸਟ ਅਸੀਂ ਪਾਰਟਿਸਿਪੇਟ ਕਰਾਂਗੇ ਇਸ ਪ੍ਰੋਟੈਸਟ ਦੇ ਵਿੱਚ। ਜੀ ਰਮਨ ਜੀ, ਡੈਫੀਨੇਟਲੀ ਜੀ, ਪ੍ਰੋਟੈਸਟ ਸਾਡਾ ਹੱਕ ਹੈਗਾ, ਪ੍ਰੋਟੈਸਟ ਸਾਡੀ ਗੱਲ ਹੈਗੀ ਆ, ਪਰ ਇੱਥੇ ਆਣ ਕੇ ਸਿਰਫ ਮੈਂ ਇਹ ਡਿਫਰ ਕਰਦਾ ਹਾਂ ਕਿ ਜਿਹੜਾ ਸ਼ਟਡਾਊਨ ਹੈਗਾ ਆ ਉਹਦੇ ਨਾਲੋਂ ਜਿਹੜੀ ਐਜੂਕੇਸ਼ਨ ਹੈਗੀ ਆ ਟਰੱਕਰ ਦੀ ਉਹ ਜ਼ਰੂਰੀ ਹੈਗੀ ਆ, ਔਰ ਜਿਹੜਾ ਡੇਲੀ ਬੇਸਿਸ ਦੇ ਉੱਤੇ ਚੀਜ਼ਾਂ ਦੇ ਉੱਤੇ ਜਿਹੜਾ ਰਿਐਕਟ ਕਰਨਾ ਹੈਗਾ, ਡੇਲੀ ਬੇਸਿਸ 'ਤੇ ਜਿਹੜੀਆਂ ਚੀਜ਼ਾਂ ਫੋਲੋ ਕਰਨੀਆਂ ਹੈਗੀਆਂ, ਆਈ ਥਿੰਕ ਉਹਦੇ ਲਈ ਜ਼ਰੂਰੀ ਹੈਗਾ। ਸ਼ਟਡਾਊਨ ਐਸੇ ਸਮੇਂ 'ਤੇ ਜਦੋਂ ਕਿ ਆਲਰੇਡੀ ਸਟ੍ਰੇਨ ਹੈਗੀ ਆ ਟਰੱਕਿੰਗ ਇੰਡਸਟਰੀ, ਆਲਰੇਡੀ ਸਾਡਾ ਜਿਹੜਾ ਕੈਰੀਅਰ ਹੈਗਾ ਉਹ ਬਹੁਤ ਹੀ ਇਸ ਵੇਲੇ ਡਾਊਨ 'ਚ ਚੱਲ ਰਿਹਾ ਹੈਗਾ, ਅਤੇ ਇਸ ਵੇਲੇ ਜੇ ਅਸੀਂ ਉਹਨੂੰ ਸ਼ਟਡਾਊਨ ਨੂੰ ਕਹਿੰਦੇ ਹਾਂ, ਵੀ ਨੀਡ ਟੂ ਸੀ ਦੈਟ। ਇਹ ਵੀ ਚੀਜ਼ਾਂ ਧਿਆਨ 'ਚ ਰੱਖਣ ਯੋਗ ਹੈਗੀਆਂ, ਜਿਹੜੀਆਂ ਐਸੋਸੀਏਸ਼ਨਸ ਹੈਗੀਆਂ ਜਾਂ ਕੋਈ ਵੀ ਹੈਗੇ ਆ ਜਦੋਂ ਇੱਦਾਂ ਦੀ ਕਾਲ ਕਰਦੇ ਹੈਗੇ ਆ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਇਹਦੇ ਕੋਈ ਅਗੇਂਸਟ ਹੈਗਾ, ਪਰ ਡੈਫੀਨੇਟਲੀ ਇਹ ਵੀ ਚੀਜ਼ਾਂ 'ਤੇ ਨਜ਼ਰ ਰੱਖਣੀਆਂ ਚਾਹੀਦੀਆਂ ਕਿ ਸਾਡੀ ਇਸ ਵੇਲੇ ਸਿਚੁਏਸ਼ਨ ਕੀ ਚੱਲ ਰਹੀ ਆ, ਅਸੀਂ ਇਸ ਚੀਜ਼ 'ਚ ਹੈਗੇ ਹਾਂ ਕਿ ਅਸੀਂ ਸ਼ਟਡਾਊਨ ਕਰ ਸਕਦੇ ਹਾਂ, ਇਹ ਸ਼ਟਡਾਊਨ ਕਰਕੇ ਸਰਵਾਈਵ ਕਰ ਸਕਦੇ ਹਾਂ ਅੱਜ ਦੀ ਤਰੀਕ ਦੇ ਵਿੱਚ। ਆਪਣੇ ਕਿਸੇ ਵੀ ਜਿਹੜੇ ਆਪਣੇ ਕੈਰੀਅਰ ਹੈਗੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਦੇ ਲਈ ਇੱਕ ਟਰੱਕ ਜਿਹੜਾ ਇੱਕ ਲੋਡ ਵੀ ਮਿਸ ਹੋ ਜਾਣਾ ਮਹੀਨੇ ਦੇ ਵਿੱਚ ਡੈਵਸਟੇਟਿੰਗ ਹੋ ਸਕਦਾ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਹ
ਗੱਲਾਂ ਦੇ ਵਿੱਚ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਇਹਦੇ ਵਿੱਚ ਹੋਣਾ ਚਾਹੀਦਾ ਕਿ ਯੈਸ ਡੈਫੀਨੇਟਲੀ ਅੱਜ ਦੀ ਤਰੀਕ 'ਚ ਜੇ ਸਾਨੂੰ ਐਜੂਕੇਟ ਕਰਨ ਦੀ ਲੋੜ ਆ, ਸਾਨੂੰ ਸਾਡੇ ਕੈਰੀਅਰ ਨੂੰ ਐਜੂਕੇਟ ਕਰਨ ਦੀ ਲੋੜ ਆ ਕਿ ਓਕੇ ਜਿਹੜੀ ਆਪਣੀ ਡਬਲ ਤੁਹਾਡੀ ਹੈਗੀ ਆ, ELD ਹੈਗੀ ਆ, ਜਿਹੜੀਆਂ ਆਹ ਚੀਜ਼ਾਂ ਇਹਨੂੰ ਬੰਦ ਕਰੋ ਤਾਂ ਕਿ ਜਿਹੜੀ ਸਪਲਾਈ ਆ ਉਹਨੂੰ ਘਟਾਇਆ ਜਾ ਸਕੇ, ਸਪਲਾਈ ਵੱਧ ਹੈਗੀ ਆ, ਠੀਕ ਹੈ ਨਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਡੈਫੀਨੇਟਲੀ ਪ੍ਰੋਟੈਸਟ ਸਾਡਾ ਹੱਕ ਹੈਗਾ ਔਰ ਪ੍ਰੋਟੈਸਟ ਕਰਨਾ ਚਾਹੀਦਾ, ਆਪਣੇ ਹੱਕਾਂ ਲਈ ਖੜਨਾ ਚਾਹੀਦਾ, ਪਰ ਆਪਣਾ ਹਾਲਾਤ ਵੀ ਦੇਖਣੇ ਚਾਹੀਦੇ ਨਾਲ ਨਾਲ ਕਿ ਸਾਡੇ ਇਸ ਵੇਲੇ ਹਾਲਾਤ ਕੀ ਚੱਲ ਰਹੇ ਆ। ਸਾਡੇ ਲਈ ਇੱਕ ਲੋਡ ਮਿਸ ਕਰਨਾ, ਇੱਕ ਦਿਨ ਵੀ ਖੜਾ ਹੋਣਾ ਜਿਹੜਾ ਆ ਕਈ ਕੈਰੀਅਰ ਦੇ ਲਈ ਬਹੁਤ ਜ਼ਿਆਦਾ ਡੈਵਸਟੇਟਿੰਗ ਹੋ ਸਕਦਾ। ਜੀ ਜੀ ਜੀ, ਸੋ ਬਿਲਕੁਲ ਸਰੋਤਿਓ, ਸਾਡਾ ਟੈਲੀਫੋਨ ਨੰਬਰ ਹੈਗਾ 408-272-5100 408-272-5200। ਤੁਹਾਡਾ ਕੋਈ ਕੁਐਸਚਨ ਹੈਗਾ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੈ। ਤੇ ਰਮਨ ਜੀ, ਆਪਾਂ ਹੁਣ ਵਿੰਟਰ ਦੇ ਵਿੱਚ ਡਰਾਈਵਿੰਗ ਉਹਦੇ ਉੱਤੇ ਥੋੜਾ ਡਿਸਕਸ ਕਰੀਏ, ਕਿਉਂਕਿ ਕਈ ਏਰੀਏ ਦੇ ਵਿੱਚ ਤਾਂ ਮੈਂ ਦੇਖਿਆ ਸਨੋ ਪੈਣੀ ਆਲਰੇਡੀ ਸ਼ੁਰੂ ਹੋ ਗਈ ਆ। ਜੀ ਬਿਲਕੁਲ ਜੀ, ਵਿੰਟਰ ਡਰਾਈਵਿੰਗ ਜਿਹੜੀ ਆ ਉਹ ਅੱਜ ਆਇਸ ਪ੍ਰੋਗਰਾਮ ਦੇ ਵਿੱਚ ਵਧੀਆ ਕੀਤਾ ਆਪਾਂ ਗੱਲ, ਸ਼ੁਰੂ ਚ ਵੀ ਕੀਤੀ ਸੀ, ਹੁਣ ਵੀ ਮੈਂ ਕਰਨੀ ਚਾਹੁੰਦਾ ਕਿ ਜਿਹੜਾ ਵੀ ਡਰਾਈਵਰ ਕੋਈ ਵੀ ਔਰ ਡਿਸਪੈਚਰ ਖਾਸ ਕਰਕੇ, ਜੇ ਤੁਹਾਡੇ ਡਰਾਈਵਰ ਨੇ ਫਸਟ ਟਾਈਮ ਸਨੋ ਦੇ ਵਿੱਚ ਜਾਣਾ ਹੈਗਾ ਜਾਂ ਸਨੋ 'ਚ ਅੱਜ ਤੱਕ ਉਹ ਨਹੀਂ ਗਿਆ ਹੈਗਾ, ਪਲੀਜ਼ 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 ਧਿਆਨ ਦੇ ਨਾਲ ਉਹਨੂੰ ਸਕੈਜੂਲ ਕਰੋ, ਧਿਆਨ ਦੇ ਨਾਲ ਉਹਦਾ ਰਾਊਟ ਬਣਾਓ, ਧਿਆਨ ਦੇ ਨਾਲ ਦੇਖੋ ਉਹਦੇ ਕੋਲ ਕਿੰਨੇ ਕੁ ਉਹਦੇ ਕੋਲ ਆਵਰਸ ਹੈਗੇ ਆ, ਕਿਉਂਕਿ ਇਹ ਇੱਕ ਜਿਹੜੀ ਚੀਜ਼ ਹੈਗੀ ਆ ਜਿਹਦੇ ਵਿੱਚ ਕਿ ਇੱਕ ਫਾਸਟ ਅਤੇ ਉੱਤੋਂ ਅਸੀਂ ਆਵਰਸ ਆਫ ਸਰਵਿਸ ਦਾ ਸਟ੍ਰੈਸ ਅਤੇ ਉੱਤੋਂ ਸਨੋ, ਇਹ ਸਾਰੇ ਹੀ ਡੈਡਲੀ ਫੈਕਟਰ ਹੈਗੇ ਆ। ਆਪਣੀ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਆ, ਕਿਉਂਕਿ ਸਨੋ ਦੇ ਵਿੱਚ ਜਿਹੜਾ ਡਰਾਈਵ ਕਰਨਾ ਆ ਉਹ ਬਿਲਕੁਲ ਹੀ ਮਤਲਬ ਕਿ ਜੇ ਤੁਹਾਨੂੰ ਐਕਸਪੀਰੀਅੰਸ ਨਹੀਂ ਹੈਗਾ ਤੇ ਬਹੁਤ ਜ਼ਿਆਦਾ ਵੱਡਾ ਖਤਰਨਾਕ ਕੰਮ ਹੈਗਾ। ਸੋ ਪਲੀਜ਼ ਜੇ ਤੁਸੀਂ ਇਸ ਵੇਲੇ ਸੁਣਦੇ ਹੈਗੇ ਆ ਜਾਂ ਕਿਸੇ ਨੂੰ ਜਾਣਦੇ ਹੈਗੇ ਆ, ਤੁਹਾਡੇ ਘਰ ਦਾ ਫੈਮਿਲੀ ਮੈਂਬਰ ਡਰਾਈਵ ਕਰਦਾ ਹੈਗਾ, ਜੇ ਉਹ ਸਨੋ ਏਰੀਏ 'ਚ ਜਾ ਰਿਹਾ ਔਰ ਉਹਨੇ ਅੱਜ ਤੱਕ ਸਨੋ ਦੇ ਵਿੱਚ ਡਰਾਈਵ ਨਹੀਂ ਕੀਤਾ, ਪਲੀਜ਼ ਡੂ ਨਾਟ ਡੂ ਦੈਟ, ਉਹ ਨਾ ਕਰੋ। ਕਿਸੇ ਦੀ ਹੈਲਪ ਦੇ ਨਾਲ ਜਾਓ, ਕਿਸੇ ਦੀ ਹੈਲਪ ਲਓ, ਕਿਸੇ ਦੇ ਨਾਲ ਡਰਾਈਵ ਕਰ ਲਓ ਜਿਹੜਾ ਐਕਸਪੀਰੀਅੰਸ ਬੰਦਾ ਹੈਗਾ। ਸੋ ਪਹਿਲੀ ਚੀਜ਼ ਤਾਂ ਇਹ ਹੈ ਕਿ ਇਸ 'ਤੇ ਧਿਆਨ ਰੱਖੋ ਕਿ ਜੇ ਤੁਸੀਂ ਨਹੀਂ ਗਏ ਅਜੇ ਤੱਕ ਕਿਸੇ ਦੀ ਹੈਲਪ ਦੇ ਨਾਲ ਉਸ ਏਰੀਏ 'ਚ ਜਾਓ, ਇਕੱਲੇ ਸੋਲੋ ਡਰਾਈਵਰ ਇਨਐਕਸਪੀਰੀਅੰਸ ਸਨੋ ਦੇ ਵਿੱਚ ਕੋਸ਼ਿਸ਼ ਨਾ ਕਰੋ। ਸੋ ਉਸ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਆ ਜਾਂਦੇ ਹਰਜੋਤ ਭਾਅ ਜੀ ਕਿ ਸਨੋ ਜਿਹੜੀ ਹੈਗੀ ਆ ਉਹ ਹੁਣ ਅੱਗੇ ਜਾ ਕੇ ਸਨੋ ਵੀ ਪੈਣੀ, ਉਸ ਤੋਂ ਬਾਅਦ ਬਲੈਕ ਆਈਸ ਵੀ ਹੋਣੀ ਆ। ਸੋ ਇਹ ਬਹੁਤ ਜ਼ਿਆਦਾ ਜਿਹੜੇ ਸਿਚੁਏਸ਼ਨ ਕ੍ਰੀਏਟ ਹੁੰਦੀ ਆ ਔਰ ਹਰ ਸਾਲ ਹੁੰਦੀ ਆ, ਹਰ ਸਾਲ ਅਸੀਂ ਕਹਿੰਦੇ ਹਾਂ ਕਿ ਤੁਸੀਂ ਬਿਲਕੁਲ ਧਿਆਨ ਦੇ ਨਾਲ ਡਰਾਈਵ ਕਰੋ। ਔਰ ਖਾਸ ਕਰਕੇ ਕੰਪਨੀਜ਼ ਨੂੰ ਕਹਿੰਦੇ ਹਾਂ ਜੇ ਤੁਹਾਡੇ ਡਰਾਈਵਰ ਜਿਹੜੇ ਆ ਨਹੀਂ ਸਨੋਅ ਦੇ ਵਿੱਚ ਡਰਾਈਵ ਕਰ ਸਕਦੇ ਜਾਂ ਨਹੀਂ ਕਰ ਰਹੇ ਹੈਗੇ ਜਾਂ ਨਹੀਂ ਉਹ ਉਹਨਾਂ ਨੇ ਕੀਤਾ ਹੈਗਾ ਤਾਂ ਧਿਆਨ ਰੱਖੋ। ਹਰਜੋਤ ਭਾਅ ਜੀ, ਆਪਣੇ ਕੋਲ ਨੈਪਟਾ ਦੇ ਵਿੱਚ ਇਹ ਸਰਵਿਸਿਜ ਵੀ ਅਵੇਲੇਬਲ ਹੈਗੀਆਂ, ਔਨਲਾਈਨ ਡਰਾਈਵਰ ਐਜੂਕੇਸ਼ਨ ਅਵੇਲੇਬਲ ਆ ਜਿਹਦੇ ਵਿੱਚ ਸਨੋ ਡਰਾਈਵ ਕਰਨ ਦਾ ਕੋਰਸ ਹੈਗਾ, ਔਨਲਾਈਨ ਕੋਰਸ, ਔਰ ਉਹ ਔਨਲਾਈਨ ਕੋਰਸ ਨੂੰ ਤੁਸੀਂ ਆਪਣੇ ਡਰਾਈਵਰਸ ਨੂੰ ਬਾਏ ਕਰਕੇ ਦੇ ਸਕਦੇ ਹੈਗੇ ਆ। ਉਹਨਾਂ ਨੂੰ ਕੋਸ਼ਿਸ਼ ਕਰੋ ਉਹ ਕੋਰਸ ਲੈਣ, ਉਹ ਕੋਰਸ ਨੂੰ ਸਮਝਣ ਦੇਖਣ ਅਤੇ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੀਆਂ ਇਹ ਸਿਚੁਏਸ਼ਨ ਹੈਗੀਆਂ, ਜਿਹੜੀਆਂ ਇਹ ਯੂਨੋ ਆਈਸ 'ਤੇ ਡਰਾਈਵ ਕਰਨਾ, ਇਹਦੇ 'ਚ ਕਿਹੜੇ ਕਿਹੜੇ ਪ੍ਰੀਕੋਸ਼ਨ ਲੈਣੇ ਜਿਹੜੇ ਜ਼ਰੂਰੀ ਹੈਗੇ ਆ। ਜੀ ਬਿਲਕੁਲ, ਸਰੋਤਿਆਂ ਨੂੰ ਯਾਦ ਹੋਊਗਾ ਕੁਛ ਸਾਲ ਪਹਿਲਾਂ ਇੱਕ ਸ਼ਾਇਦ ਓਹਾਇਓ ਏਰੀਏ ਦੇ ਵਿੱਚ ਸੀ, ਆਪਣਾ ਟਰੱਕ ਡਰਾਈਵਰ ਉਹਦਾ ਟਰੱਕ ਸਟੱਕ ਹੋ ਗਿਆ ਸੀ, ਉਹ ਤੁਰ ਕੇ ਪਤਾ ਨਹੀਂ ਕਿਤੇ ਗਿਆ, ਮੁੜ ਕੇ ਬਾਅਦ ਦੇ ਵਿੱਚ ਫਿਰ ਉਹਦੀ ਜਿਹੜੀ ਬੋਡੀ ਲੱਭੀ ਸੀ। ਸੋ ਬਹੁਤ ਵਾਰ ਬੰਦੇ ਸਟੱਕ ਹੋ ਜਾਂਦੇ ਆ, ਐਕਸੀਡੈਂਟ ਬਹੁਤ ਹੁੰਦੇ ਆ, ਇਹ ਧਿਆਨ ਰੱਖੋ। ਜਿਹਨੂੰ ਐਕਸਪੀਰੀਅੰਸ ਹੈਗਾ, ਬਿਲਕੁਲ ਜਿਸ ਤਰ੍ਹਾਂ ਰਮਨ ਭਾਜੀ ਨੇ ਕਿਹਾ ਵੀ ਉਸ ਪਾਸੇ ਜਾਓ ਨਾ, ਤੇ ਜਾਂ ਫਿਰ ਜਿਹੜੇ ਤੁਸੀਂ ਦੋ ਡਰਾਈਵਰ ਹੈਗੇ ਆ ਤਾਂ ਜਿਹੜਾ ਐਕਸਪੀਰੀਅੰਸ ਬੰਦਾ ਤੁਹਾਡੇ ਨਾਲ ਤਾਂ ਹੀ ਕਰੋ, ਕਿਉਂਕਿ ਜ਼ਿੰਦਗੀ ਪਹਿਲਾਂ ਆ, ਕੰਮ ਤਾਂ ਸਾਰੀ ਉਮਰ ਜਿਹੜਾ ਚੱਲਦਾ ਹੀ ਰਹਿਣਾ ਹੈਗਾ। ਜੀ, ਇਸੇ ਚਰਚਾ ਨੂੰ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਕੁਝ ਕਾਲਰਸ ਨੇ ਜਿਨ੍ਹਾਂ ਦੇ ਵਿਚਾਰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਅਮਰਜੀਤ ਸਿੰਘ ਫੀਨਿਕਸ ਤੋਂ। ਅਮਰਜੀਤ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰੋਜ਼ ਸ਼ਾਇਦ ਉਹਨਾਂ ਦੀ ਜਿਹੜੀ ਕਾਲ ਆ ਉਹ ਕੱਟ ਗਈ। ਅਮਰਜੀਤ ਸਿੰਘ ਜੀ ਫੀਨਿਕਸ ਤੋਂ ਜੁੜੇ ਸਨ, ਉਹ ਆਪਣੇ ਵਿਚਾਰ ਰੱਖਣਾ ਚਾਹੁੰਦੇ ਸਨ। ਜੇਕਰ ਸੁਣ ਰਹੇ ਨੇ ਤਾਂ ਦੁਬਾਰਾ ਜੁੜ ਸਕਦੇ ਨੇ। ਜੀ ਹਰਜੋਤ ਜੀ। ਜੀ ਬਿਲਕੁਲ, ਸੋ ਦੁਬਾਰਾ ਕੀ ਕਾਲ ਕਰ ਲਿਓ ਅਮਰਜੀਤ ਭਾਜੀ, ਨੰਬਰ ਹੈਗਾ 408-272-5200। ਜੇ ਆਪਾਂ ਹੁਣ ਕਿੰਨੇ ਸਾਲ ਹੋ ਗਏ ਰੇਡੀਓ ਤੇ ਪ੍ਰੋਗਰਾਮ ਕਰਦਿਆਂ ਨੂੰ, ਹਮੇਸ਼ਾ ਹੀ ਹਰ ਸਾਲ ਕਿੰਨੀਆਂ ਜਿਹੜੀਆਂ ਬੁਰੀ ਖਬਰਾਂ ਆਉਂਦੀਆਂ ਰਹਿੰਦੀਆਂ ਆ ਵੀ ਇੱਥੇ ਆਪਣੇ ਮੁੰਡੇ ਦਾ ਐਕਸੀਡੈਂਟ ਹੋ ਗਿਆ, ਟਰੱਕ ਸਲਿੱਪ ਕਰ ਗਿਆ ਸਨੋ ਦੇ ਵਿੱਚ। ਈਵਨ ਇੱਥੋਂ ਤੱਕ ਤਾਂ ਕਈ ਵਾਰੀ ਸਾਡੇ ਸਰੋਤੇ ਵੀ ਜਿਹੜੇ ਕਾਲ ਕਰਕੇ ਦੱਸਦੇ ਰਹਿੰਦੇ ਆ ਵੀ ਉਹਨਾਂ ਨੂੰ ਚੇਨ ਹੀ ਨਹੀਂ ਚਾੜ੍ਹਨੀ ਆਉਂਦੀ ਸੀ,
ਹੈ ਨਾ, ਵੈਦਰ ਨੂੰ ਚੈੱਕ ਕਰੋ ਜਿਸ ਏਰੀਏ ਦੇ ਵਿੱਚ ਜਾਣਾ ਆ, ਕਿਉਂਕਿ ਅੱਜ ਕੱਲ੍ਹ ਤਾਂ ਈਜ਼ੀ ਬਹੁਤ ਆ, ਸੈੱਲ ਫੋਨ ਆ, ਤੁਸੀਂ 10 ਦਿਨਾਂ ਦਾ ਵੈਦਰ ਪਤਾ ਲੱਗ ਜਾਂਦਾ ਕੀ ਹੋਣਾ ਹੈਗਾ ਆ, ਸੋ ਇਹ ਬਹੁਤ ਜ਼ਰੂਰੀ ਹੈਗਾ ਜੀ। ਰਮਨ ਭਾਜੀ ਜੀ, ਅਭੀ ਜੀ ਜੁੜੇ ਨੇ ਆਪਣੇ ਨਾਲ। ਅਭੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਸਵਾਗਤ ਹੈ ਜੀ, ਤੁਸੀਂ ਆਉਂਦੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਤੋਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਭਾਜੀ ਆਪਣੇ ਹੁਣੇ ਆ ਜਿੱਦਾਂ ਨਾ ਰਮਨ ਭਾਜੀ ਹੁਣਾਂ ਨੇ ਅਡਵਾਈਸ ਦੇ ਰਹੇ ਸੀਗੇ ਸੇਫਟੀ ਵਾਸਤੇ, ਜਿੱਦਾਂ ਸਨੋਅ ਦਾ ਸੀਜ਼ਨ ਚਾਲੂ ਹੋ ਗਿਆ ਤੇ ਇਸ ਲਈ ਮੈਂ ਨਵੇਂ ਨਵੇਂ ਟਰੱਕ ਸਿੱਖਿਆ, ਮੈਂ ਸ਼ਿਕਾਗੋ ਏਰੀਆ ਨੂੰ ਸਿੱਖਿਆ ਸੀਗਾ ਤੇ ਮੈਨੂੰ ਬੜਾ ਜਿਹੜਾ ਸਿਖਾਉਣ ਵਾਲਾ ਸੀ ਉਹਨੇ ਮੈਨੂੰ ਇਹ ਹਦਾਇਤ ਕੀਤੀ ਸੀ ਵੀ ਜੇ ਕਹਿੰਦਾ ਤੂੰ ਟਰੱਕ ਚਲਾਉਣਾ ਨਾ ਇਕੱਲੇ ਨੇ ਸਨੋਅ ਪੈਂਦੀ, ਕਈ ਵਾਰ ਕਹਿੰਦਾ ਸਟੋਰਮ ਆ ਜਾਂਦਾ ਹੁੰਦਾ ਵੀ ਬੰਦਾ ਫਸ ਜਾਂਦਾ, ਕਹਿੰਦਾ ਤੈਨੂੰ ਸ਼ੋਰਟ ਪੇ ਵੀ ਖੜਾ ਕਰਨਾ ਪੈ ਸਕਦਾ ਜਾਂ ਤੇਰਾ ਟਰੱਕ ਹੀ ਖਰਾਬ ਹੋ ਗਿਆ, ਐਮਰਜ ਤੇਰਾ ਫੋਨ ਹੀ ਨੀ ਚੱਲਦਾ, ਤੇਰੇ ਕੋਲ ਕਹਿੰਦਾ ਵੀ ਕੱਪੜੇ ਜ਼ਿਆਦਾ ਹੋਣੇ ਚਾਹੀਦੇ ਆ, ਨਿੱਕੇ ਕੱਪੜੇ ਕੰਬਲ ਵਾਧੂ ਹੋਣੇ ਚਾਹੀਦੇ ਆ, ਨੰਬਰ 2 ਤੇ ਜਿਹੜੇ ਆਪਣੇ ਜਿਹੜੀਆਂ ਬਿਊਟੇਨ ਕਾਰਟਰੀਜ਼ ਉਹਨੂੰ ਬੋਲਦੇ ਆ, ਕਿਆ ਕਿਆ ਬੋਲਦੇ ਇਹਨੂੰ, ਜਾਂ ਗੈਸ ਸਿਲੰਡਰ ਹੁੰਦੇ ਜਿਹੜੇ ਅਸੀਂ ਛੋਟੇ ਛੋਟੇ ਚੁੱਲ੍ਹੇ ਹੁੰਦੇ ਆ ਟਰੱਕਾਂ 'ਚ ਰੱਖੇ ਹੁੰਦੇ ਮੁੰਡਿਆਂ ਨੇ, ਤੇ ਵੈਸੇ ਕਈ ਤਾਂ ਨਹੀਂ ਰੱਖੇ, ਇਹ ਜ਼ਰੂਰ ਹੋਣਾ ਚਾਹੀਦਾ, ਤੇ ਨਾਲ ਘੱਟੋ ਘੱਟ ਐਕਸਟਰਾ ਸਿਲੰਡਰ ਤੇ ਕੋ ਹੋਣੇ ਚਾਹੀਦੇ ਆ, ਮੰਨ ਲਾ ਤੇਰਾ ਟਰੱਕ ਚੱਲੇ ਨਾ ਕੋਈ ਬੰਦਾ ਪਹੁੰਚੇ, ਉਹਨਾਂ ਬੰਦਾ ਨਿਕਲ ਆਇਆ ਕਹਿੰਦਾ ਬੰਦਾ ਬਚ ਜਾਂਦਾ, ਤੇ ਨਾਲ ਡਰਾਈ ਰਾਸ਼ਨ ਜਿੱਦਾਂ ਹੁੰਦਾ ਵੀ ਸਰਵਾਈਵਲ ਵਾਸਤੇ, ਇਹ ਕਹਿੰਦਾ ਐਮਰਜੈਂਸੀ ਸਿਚੁਏਸ਼ਨ ਵਾਸਤੇ ਕਹਿੰਦਾ ਚੀਜ਼ ਜ਼ਰੂਰੀ ਆ, ਕਹਿੰਦਾ ਉਦਾਂ ਨਹੀਂ ਇੱਦਾਂ ਆਉਂਦੀ ਤਾਂ ਨਹੀਂ ਬਟ ਇਨ ਕੇਸ ਕਈਆਂ ਬੰਦਿਆਂ ਨਾਲ ਇੱਦਾਂ ਹੋ ਜਾਂਦਾ, ਤੇ ਉਹਨਾਂ ਹੁਣੇ ਤੁਸੀਂ ਐਕਸਪਲੇਨ ਕਰਕੇ ਹਟੇ ਵੀ ਬੰਦੇ ਦਾ ਟਰੱਕ ਖੜਾ ਹੋ ਗਿਆ ਤੁਰ ਕੇ, ਉਹ ਮੈਨੂੰ ਲੱਗਦਾ ਉਹਦਾ ਬਲੱਡ ਵਗੈਰਾ ਜੰਮ ਗਿਆ ਹੋਣਾ, ਫ੍ਰੀਜ਼ ਹੋ ਗਿਆ, ਤਾਂ ਟਰੱਕ ਹੀ ਰਹੋ ਜਿੰਨੇ ਤੱਕ ਤੁਸੀਂ ਆਪਣਾ ਆਪਣਾ ਸਰਵਾਈਵ ਕਰ ਸਕਦੇ ਆ, ਕਹਿਣ ਦਾ ਮਤਲਬ ਇਹ ਸਰਵਾਈਵਲ ਕਿੱਟ ਜਿਹੜੇ ਉਹ ਮੇਨ ਜਿਹੜੇ ਨਵੇਂ ਹੈਗੇ ਨਾ ਮੁੰਡੇ ਆ ਜਿਹੜੇ ਉਹਨਾਂ ਨੂੰ ਜ਼ਰੂਰੀ ਆ ਵੀ ਇਹ ਚੀਜ਼ਾਂ ਆਪਣੇ ਟਰੱਕ ਦੇ ਵਿੱਚ ਰੱਖੋ, ਤੁਹਾਨੂੰ ਪਰਮਾਤਮਾ ਕਿਰਪਾ ਕਰੇ ਇਹ ਹਾਲਾਤ ਨਾ ਪੜਨ, ਪਰ ਇਨ ਕੇਸ ਅਗਰ ਇਦਾਂ ਸਿਚੁਏਸ਼ਨ ਹੁੰਦੀ ਤਾਂ ਤੁਸੀਂ ਉਹਦੇ ਨਾਲ ਲੜਨ ਦੇ ਸਮਰੱਥ ਹੁੰਦੇ। ਥੈਂਕ ਯੂ ਭਾਜੀ, ਇਹੀ ਮੈਂ ਕਹਿਣਾ ਸੀ। ਥੈਂਕ ਯੂ ਸੋ ਮਚ, ਓਕੇ, ਥੈਂਕ ਯੂ। ਧੰਨਵਾਦ। ਸੋ ਬਿਲਕੁਲ ਸਾਡਾ ਜਿਹੜਾ ਸ਼ੋਅ ਕਰਨ ਦਾ ਇਹ ਮਕਸਦ ਇਹੀ ਆ ਵੀ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਇਸ ਬਿਜ਼ਨਸ ਦੇ ਵਿੱਚ ਆ, ਉਹਨਾਂ ਨੂੰ ਕਈ ਵਾਰੀ ਪਹਿਲਾ ਸਾਲ ਹੀ ਹੁੰਦਾ ਹੈਗਾ, ਨੌਲੇਜ ਨਹੀਂ ਹੁੰਦਾ ਹੈਗਾ, ਜਾਂ ਜਿਹੜੇ ਆਪਾਂ ਹੁਣ ਕੈਲੀਫੋਰਨੀਆ ਰਹਿੰਦੇ ਹਾਂ ਮੈਜੋਰਟੀ 'ਚ, ਉਹਨਾਂ ਨੂੰ ਪਤਾ ਹੀ ਨਹੀਂ ਵੀ ਸਨੋਅ ਕਿੱਦਾਂ ਦੀ ਹੁੰਦੀ ਆ, ਹਨਾ, ਜਿਹੜੇ ਬਾਹਰ ਨਹੀਂ ਗਏ ਹੈਗੇ ਕਿੱਦਾਂ ਪੈਂਦੀ ਆ, ਕਿੱਦਾਂ ਹਨਾ ਆਈਸ ਬਣਦੀ ਹੈਗੀ ਆ, ਸੋ ਉਹਨਾਂ ਦੇ ਲਈ ਜਿਹੜਾ ਆ ਇਹ ਜਿਹੜਾ ਬਹੁਤ ਵਧੀਆ ਮੌਕਾ ਹੈ ਇੱਕ ਦੂਜੇ ਦੇ ਨਾਲ ਵਿਚਾਰ ਦੱਸਣ ਦੇ। ਉਹ ਮੈਂ ਆਪਣਾ ਖੁਦ ਤੁਹਾਨੂੰ ਦੱਸਦਾ ਵੀ ਇੱਕ ਵਾਰੀ ਮੈਂ ਕੈਮਲੂਪਸ ਗਿਆ ਕੈਨੇਡਾ 'ਚ, ਤੇ ਉੱਥੇ ਸਨੋਅ ਪਈ ਸੀ ਤੇ ਮੈਂ ਹਜੇ ਸਟਾਰਟ ਹੀ ਕੀਤੀ, 62 ਸਕਿੱਡ ਹੋਈ ਕਾਰ ਤੇ ਮੈਂ ਨਹੀਂ ਚਲਾਈ, ਫਿਰ ਮੈਂ ਉੱਥੇ ਜਿਹੜਾ ਲੋਕਲ ਬੰਦਾ ਸੀ ਮੈਂ ਉਹਨੂੰ ਕਿਹਾ ਭਰਾਵਾ ਤੂੰ ਹੀ ਚਲਾ, ਮੇਰੇ 'ਤੇ ਨਹੀਂ ਇਹ ਚੱਲਣੀ ਹੈਗੀ। ਸੋ ਜਿਨ ਨਹੀਂ ਚਲਾਇਆ ਹੋਵੇ ਉਹਨੂੰ ਪਤਾ ਨਹੀਂ ਹੁੰਦਾ, ਸੋ ਜ਼ਰੂਰ ਆਪਣੇ ਤੁਸੀਂ ਇੱਕ ਦੂਜੇ ਨੂੰ ਜਿਹੜੇ ਗੁੱਡ ਪੁਆਇੰਟ ਟਿਪ ਪੁਆਇੰਟ ਆ ਉਹ ਦੱਸ ਸਕਦੇ ਜੀ। ਰਮਨ ਭਾਜੀ ਬਿਲਕੁਲ ਜੀ, ਇਹ ਮੇਰੇ ਨਾਲ ਜਿਹੜੀ ਹੁਣੇ ਆ ਵੀ ਗੱਲ ਕਰਕੇ ਗਿਆ ਇਹਦੇ ਵਿੱਚ ਮੈਂ ਬਿਲਕੁਲ ਸਹੀ ਆ ਇਹ ਗੱਲਾਂ, ਕਿਉਂਕਿ ਮੈਂ ਵੀ ਇੱਕੋ ਜਿਹੀ ਵਾਇਓਮਿੰਗ ਦੇ ਵਿੱਚ ਸਟੱਕ ਹੋਇਆ ਸੀਗਾ ਟਰੱਕ ਦੇ ਵਿੱਚ, ਤੇ 3 ਰਾਤਾਂ ਉੱਥੇ ਰਹਿਣਾ ਪਿਆ ਸੀਗਾ, ਤੇ ਡੈਫੀਨੇਟਲੀ ਜਿਹੜੀਆਂ ਤੁਹਾਡੀ ਸਰਵਾਈਵਲ ਕਿੱਟ ਆ ਤੁਹਾਡੇ ਕੋਲ ਜਿਹੜੀਆਂ ਚੀਜ਼ਾਂ ਹੈਗੀਆਂ ਬਹੁਤ ਜ਼ਰੂਰੀ ਹੈਗੀਆਂ ਔਰ ਹੋਣੀਆਂ ਚਾਹੀਦੀਆਂ। ਤੇ ਸਿਚੁਏਸ਼ਨ ਇਹੋ ਹੀ ਆ ਜੀ, ਤੁਸੀਂ ਕਿਵੇਂ ਸਿਚੁਏਸ਼ਨ ਨੂੰ ਸਮਝਣਾ ਆ, ਕਿਵੇਂ ਤੁਸੀਂ ਸਾਰੀਆਂ ਚੀਜ਼ਾਂ ਕਰਨੀਆਂ, ਕਿ ਅਗੇਨ ਉਹੀ ਆਪਾਂ ਵਾਰ ਵਾਰ ਫਿਰ ਮੈਂ ਉਹੀ ਗੱਲ ਕਹਿ ਰਿਹਾ ਕਿ ਬਹੁਤ ਜ਼ਰੂਰੀ ਹੈਗਾ ਤੁਸੀਂ ਕਿਸੇ ਦੇ ਕੋਲੋਂ ਗੱਲ ਕਰਨ ਦੇ ਲਈ, ਕਿਸੇ ਦੇ ਨਾਲ ਤੁਸੀਂ ਸਲਾਹ ਕਰਕੇ ਕਿਸੇ ਕੋਲੋਂ ਪੁੱਛਣ ਦੇ ਤੋਂ ਬਿਨਾਂ। ਜਿਹੜੇ ਔਨਲਾਈਨ ਕੋਰਸਿਸ ਹੈਗੇ ਆ, ਔਨਲਾਈਨ ਕੋਰਸਿਸ ਜਿਹੜੇ ਆ ਇਸੇ ਚੀਜ਼ਾਂ ਲਈ ਬਣੇ ਹੈਗੇ ਆ, ਠੀਕ ਹੈ ਨਾ। ਹਰ ਇੱਕ ਚੀਜ਼ ਜਿਹੜੀ ਆ ਉਹ ਔਨਲਾਈਨ ਅੱਜ ਕੱਲ੍ਹ ਅਵੇਲੇਬਲ ਹੈਗੀ ਆ, ਔਰ ਕੋਰਸਿਸ ਜਿਹੜੇ ਆ ਉਹ ਜ਼ਰੂਰ ਲੈਣੇ ਚਾਹੀਦੇ ਆ। ਔਰ ਇੱਕ ਗੱਲ ਤੁਹਾਨੂੰ ਇਹ ਵੀ ਦੱਸਦਾ ਕਿ ਜੇ ਤੁਸੀਂ ਡਿਫੈਂਸਿਵ ਡਰਾਈਵਿੰਗ ਹੋ ਗਿਆ ਜਾਂ ਤੁਸੀਂ ਆਪਣਾ ਕੋਰਸਿਸ ਲੈਂਦੇ ਆ ਆਵਰਸ ਆਫ ਸਰਵਿਸ ਦੇ, ਵਹੀਕਲ ਇੰਸਪੈਕਸ਼ਨ ਦੇ ਜਾਂ ਵਿੰਟਰ ਡਰਾਈਵਿੰਗ ਦੇ ਕੋਰਸ ਲੈਂਦੇ ਆ, ਤੁਸੀਂ ਇਹ ਸਾਰੇ ਕੋਰਸ ਲੈਂਦੇ ਆ, ਤੁਹਾਡੇ ਕੋਰਸ ਜਿਹੜੇ ਆ ਜਦੋਂ ਤੁਸੀਂ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਵੀ ਸਬਮਿਟ ਕਰਦੇ ਕਿ ਸਾਡੇ ਸਾਰੇ ਡਰਾਈਵਰ ਨੇ ਕੋਰਸਿਸ ਲਏ ਹੋਏ ਆ, ਤੁਹਾਡੀ ਇੰਸ਼ੋਰੈਂਸ ਰੇਟ ਵੀ ਡਰੋਪ ਹੁੰਦਾ ਹੈ ਉਹਦੇ ਨਾਲ। ਸੋ ਇਹ ਨਾਲ ਦੇ ਨਾਲ ਸੇਫਟੀ ਵੀ ਆ, ਨਾਲ ਦੇ ਨਾਲ ਤੁਹਾਡਾ ਆਪਣੀ ਜਾਨ ਵੀ ਬਚ ਸਕਦੀ ਆ, ਰੇਟ ਵੀ ਡਾਊਨ ਹੋ ਸਕਦਾ। ਬੜੀਆਂ ਚੀਜ਼ਾਂ ਆ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ, ਔਰ ਕਰਨ ਦੇ ਨਾਲ ਸਾਡੀ ਜਿਹੜੀ ਆ ਜਾਨ ਦੇ ਨਾਲ ਨਾਲ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ। ਜੀ ਜੀ, ਹਰ ਭੁਪਿੰਦਰ ਸਿੰਘ ਤੂਰ ਉਹ ਜੁੜੇ ਨੇ ਫੇਸਬੁੱਕ 'ਤੇ, ਉਹ ਕਹਿ ਰਹੇ ਨੇ ਕਿ ਮਾੜੇ ਮੌਸਮ ਦੇ ਵਿੱਚ ਸਾਨੂੰ -20 ਡਿਗਰੀ ਵਾਲਾ ਜਿਹੜਾ ਕੋਟ ਹੈ ਜਾਂ ਜੋ ਵੀ ਉਸ ਤੋਂ ਬਚਾ ਸਕਦਾ ਉਹ ਕੱਪੜਾ ਸਾਨੂੰ ਆਪਣੇ ਕੋਲ ਰੱਖਣਾ ਚਾਹੀਦਾ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਆ 468-272-5200, ਕਾਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਇਸ ਚਰਚਾ ਦੇ ਬਾਬਤ ਆਪਣਾ ਕੋਮੈਂਟ, ਆਪਣੀ ਰਾਏ, ਆਪਣਾ ਸਵਾਲ ਰੱਖ ਸਕਦੇ ਹੋ। ਅਤੇ ਇਹਦੇ ਨਾਲ ਨਾਲ ਜੇਕਰ ਤੁਸੀਂ ਸੋਸ਼ਲ ਮੀਡੀਆ 'ਤੇ ਦੇਖ ਰਹੇ ਹੋ ਤਾਂ ਇਸ ਟਾਈਮ ਲਾਈਵ ਸਟ੍ਰੀਮ ਦੇ ਵਿੱਚ ਆਪਣਾ ਕਮੈਂਟ ਕਰ ਸਕਦੇ ਹੋ, ਆਪਣੀ ਰਾਏ ਰੱਖ ਸਕਦੇ ਹੋ। ਹਰਜੋਤ ਸਿੰਘ ਜੀ ਤੇ ਰਮਨ ਢਿੱਲੋਂ ਜੀ, ਇੱਥੇ ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ, ਜਲਦ ਵਾਪਸੀ ਕਰਾਂਗੇ ਜੀ ਬ੍ਰੇਕ ਤੋਂ ਬਾਅਦ, ਤੇ ਚਰਚਾ ਨੂੰ ਇਸੇ ਤਰ੍ਹਾਂ ਰੱਖਾਂਗੇ ਜਾਰੀ। ਜੀ ਜੀ,
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਆਪਣੇ ਟਰੈਕਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਰਮਨ ਢਿੱਲੋਂ ਜੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ। ਰਮਨ ਜੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ। ਰਮਨ ਜੀ ਸਤਿ ਸ੍ਰੀ ਅਕਾਲ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਜੈਕ ਸਿੰਘ ਕਹਿੰਦੇ ਆ ਵੀ ਜਿੰਨੇ ਵੀ ਡਰਾਈਵਰ ਆ ਪਲੀਜ਼ ਵਿੰਟਰ ਦੇ ਵਿੱਚ ਡਿਸਟੈਂਸ ਜ਼ਰੂਰ ਰੱਖੋ, ਹਨਾ। ਚਾਹੇ ਡਜ਼ ਨਾਟ ਮੈਟਰ ਪੀਟਰਬਿਲਟ ਜਿਹੜੇ ਡਰਾਈਵਰ ਆ 70 ਮੀਲ ਪਰ ਆਵਰ ਦੇ ਹਿਸਾਬ ਨਾਲ ਜਾ ਰਹੇ ਆ, ਜਿਹੜਾ ਐਕਸਪੀਰੀਅੰਸ ਆ ਉਹ ਮੈਟਰ ਕਰਦਾ ਹੈਗਾ। ਸੋ ਡਿਸਟੈਂਸ ਬਹੁਤ ਇੰਪੋਰਟੈਂਟ ਹੈਗਾ ਜੀ ਜੀ। ਆਪਣਾ ਜੁੜੇ ਨੇ ਜਤਿੰਦਰ ਗਿੱਲ ਜੀ। ਜਤਿੰਦਰ ਜੀ ਸਤਿ ਸ੍ਰੀ ਅਕਾਲ, ਤੁਸੀਂ ਆਨ ਏਅਰ ਹੋ ਜੀ। ਜਤਿੰਦਰ ਜੀ ਸਤਿ ਸ੍ਰੀ ਅਕਾਲ, ਤੁਸੀਂ ਆਨ ਏਅਰ ਹੋ ਜੀ, ਸ਼ੋਅ ਦੇ ਵਿੱਚ ਗੱਲ ਕਰ ਸਕਦੇ ਹੋ। ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਬਾਈ ਜੀ ਗੱਲ ਇਹ ਆ ਨਾ, ਟਰੱਕ ਦਾ ਲਾਇਸੈਂਸ ਹਰੇਕ ਬੰਦਾ ਲੈ ਲੈਂਦਾ ਜੀ। ਜੇ ਆਪਾਂ ਗੋਰਿਆਂ ਦੀ ਕੰਪਨੀ ਚ ਕੰਮ ਕਰਦੇ ਨਾ, 3 ਦਿਨ ਦੀ ਓਰੀਟੇਸ਼ਨ ਦਿੰਦੇ ਆ, ਉਹਦੇ ਵਿੱਚ ਚੈਨਾ ਪਾਉਣੀਆਂ ਸਾਰਾ ਕੁਝ ਦਾ। ਤੇ ਜਿਹੜੇ ਆਪਣੇ ਬੰਦੇ ਆ ਟਰੱਕ ਲੈ ਲੈਂਦੇ ਆ, ਉਹਨਾਂ ਆਪਰੇਟਰਾਂ ਕੋਲ 100-100 ਟਰੱਕ ਆ, ਉਹਨਾਂ ਨੂੰ ਓਰੀਟੇਸ਼ਨ ਦਾ ਹੀ ਨਹੀਂ ਪਤਾ ਗਾ। ਉਹ ਟਰੱਕ ਡਰਾਈਵਰ ਜਿੱਥੇ ਸਕੂਲ ਹੈ ਉੱਥੋਂ ਜਾ ਕੇ ਡਰਾਈਵਰ ਨੂੰ ਚੱਕ ਲਿਆਉਂਦੇ, ਲੈ ਕਹਿੰਦਾ ਚਾਬੀ ਇਹ ਨਾ ਚੜ ਜਾ, 2 ਗੇੜੇ ਲਾ ਕੇ ਤੇ ਮੁੜ ਕੇ ਤੂੰ ਇਕੱਲਾ ਲੈ ਜੀ। ਬਾਈ ਜੀ ਕੋਈ ਐਕਸਪੀਰੀਅੰਸ ਨਹੀਂ ਤਾਂ ਸੋਰਸ ਦੇ ਉੱਤੇ ਜਿਹੜਾ ਫਿਰ ਅਸਰ ਹੁੰਦਾ। ਜਿਹੜਾ ਬਾਕੀ ਗੱਲ ਇਹ ਆ ਵੀ ਜਿਹੜੀ ਆਈਸ ਆ ਇਹਦੇ ਉੱਤੇ ਕਿਸੇ ਬੰਦੇ ਦਾ ਐਕਸਪੀਰੀਅੰਸ ਨਹੀਂ ਗਾ। ਜੇ ਤੁਸੀਂ ਚਾਈਨਾ ਪਾਉਣ ਜਾਣਦੇ ਆ, ਜੇ ਤੁਹਾਨੂੰ ਓਰੀਟੇਸ਼ਨ ਕੀਤੀ ਤੁਸੀਂ ਚਾਈਨਾ ਪਾ ਸਕਦੇ ਆ, ਨਹੀਂ ਤਾਂ ਆਪਣੇ ਆਮ ਬੰਦਿਆਂ ਨੂੰ ਪਤਾ ਹੀ ਨਹੀਂ ਵੀ ਓਰੀਟੇਸ਼ਨ ਕੀ ਹੁੰਦੀ ਆ। ਟਰੱਕ ਤਾਂ 100-100 ਆ ਬੰਦਿਆਂ ਨੇ। ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ। ਡਰਾਈਵਰ ਨੂੰ ਬਿਲਕੁਲ ਸਹੀ ਗੱਲ ਆ, ਇਹੋ ਹੀ ਸਾਡਾ ਕੰਸੈਪਟ ਹੈਗਾ ਕਿ ਅਸੀਂ ਡਰਾਈਵਰ ਨੂੰ ਲੈਂਦੇ ਹਾਂ, ਡਰਾਈਵਰ ਨੂੰ ਲੈ ਕੇ ਫਟਾਫਟ ਉਹਨੂੰ ਚਾਬੀ ਦੇ ਕੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਇਹਨੇ ਕਿ ਸਾਡਾ ਟਰੱਕ ਖੜਾ ਆ ਜਾਂ ਪ੍ਰੋਬਲਮ ਆ, ਇਸ਼ੂਜ਼ ਆ। ਬਿਲਕੁਲ 100% ਸਹੀ ਕਹਿ ਕੇ ਗਏ ਬਾਈ ਜੀ। ਜੀ ਰੋਬਿਨ ਜੀ ਸਤਿ ਸ੍ਰੀ ਅਕਾਲ, ਰੋਬਿਨ ਜੀ ਤੁਸੀਂ ਆਉਣੇ ਰਹੋ ਜੀ। ਰੋਬਿਨ ਜੀ ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਇਹ ਦੱਸਣਾ ਸੀ ਵਿੰਟਰ ਦਾ ਹੀ ਕਿ ਮੈਂ ਜਿਵੇਂ ਕੈਨੇਡਾ ਤੋਂ ਬੋਲ ਰਿਹਾ ਤੇ ਮੈਂ ਨੌਰਥ ਨੂੰ ਜਿਵੇਂ ਚੱਲਣਾ ਉੱਪਰ ਕੈਲਗਰੀ ਤੋਂ ਉੱਪਰ ਜਿਵੇਂ -40-60 ਤੱਕ ਚੱਲ ਜਾਂਦਾ ਟੈਂਪਰੇਚਰ ਇੱਥੇ। ਤੇ ਮੇਨ ਇਹ ਗੱਲ ਹੈ ਵੀ ਤੁਹਾਨੂੰ ਸਬਰ ਦੀ ਗੱਲ ਹੈ, ਜੇ ਸਬਰ ਤੇ ਨਹੀਂ ਕਰੋਗੇ ਤੁਸੀਂ ਮਰੇ ਮਰੇ ਹੋ। ਜਿੰਨਾ ਪੇਸ਼ੈਂਟ ਨਾਲ ਚੱਲੋਗੇ ਸਨੋ ਤੇ ਉਹ ਡਿਸਟੈਂਸ ਤੁਸੀਂ ਮੇਨਟੇਨ ਕਰਕੇ ਸਪੀਡ ਆਪਣੀ, ਬਾਕੀ ਤੇ ਸਭ ਕੁਝ ਐਕਸਪੀਰੀਅੰਸ ਨਾਲ ਜਾਂਦਾ ਹੈ, ਗੱਲਾਂ ਬਾਤਾਂ ਨਾਲ। ਜੋ ਤੁਸੀਂ ਚੱਲੋਗੇ ਨੀ ਤੁਹਾਨੂੰ ਪਤਾ ਨੀ ਲੱਗੇਗਾ ਜੀ। ਮੇਨ ਜਿੰਨਾ ਤੁਸੀਂ ਸਬਰ ਨਾਲ ਚੱਲੋਗੇ ਉਹ ਹੀ ਹੈ ਬਾਜੀ, ਉਸ ਤੋਂ ਬਾਕੀ ਦਾ ਰੱਬ ਦੇ ਹੱਥੀ ਹੈ, ਜੋ ਇੱਕ ਤਿਲਕ ਜੇ ਫਿਰ ਕੁਛ ਨਹੀਂ ਹੁੰਦਾ ਜੀ। ਠੀਕ ਹੈ ਜੀ, ਧੰਨਵਾਦ ਜੀ, ਧੰਨਵਾਦ ਜੀ। ਬਿਲਕੁਲ, ਤੁਸੀਂ ਕੈਨੇਡਾ ਵਾਲੇ ਹੋ, ਕੈਨੇਡਾ ਵਾਲੇ ਕਈ ਵਾਰੀ ਨਾ ਜਦੋਂ ਕੈਨੇਡਾ ਤੋਂ ਐਕਸਪੀਰੀਅੰਸ ਲੈ ਕੇ ਆਉਂਦੇ ਆ ਤੇ ਇੱਧਰ ਆਣ ਕੇ ਮੁੜ ਕੇ ਉਹ ਅਮਰੀਕਾ ਦੇ ਵੀ ਟਰੱਕ ਚਲਾਉਂਦੇ ਨੇ, ਉਹਨੂੰ ਦੇਖ ਕੇ ਸਾਡੇ ਅਮਰੀਕਾ ਵਾਲੇ ਉਦਾਂ ਹੀ ਭੱਜ ਪੈਂਦੇ ਵੀ ਆਹ ਇੰਨੀ ਸਪੀਡ 'ਚ ਜਾ ਰਿਹਾ ਤੇ ਅਸੀਂ ਕਿਉਂ ਸਲੋ। ਜੀ ਜੀ, ਇਹ ਮੈਂ ਬਹੁਤ ਦੇਖਿਆ ਭਾਜੀ, ਆਪਣਾ ਕੈਨੇਡੀਅਨ ਡਰਾਈਵਰ ਜਿਹੜੇ ਆ ਉੱਧਰ ਕਾਫੀ ਐਕਸਪੀਰੀਅੰਸ ਹੁੰਦੇ ਆ, ਮੈਜੋਰਟੀ ਜਿਹੜੇ ਆ ਬਹੁਤ ਵਧੀਆ ਐਕਸਪੀਰੀਅੰਸ ਹੁੰਦਾ ਉਹਨਾਂ ਦੇ ਕੋਲ, ਤੇ ਉਹ ਜਦੋਂ ਇੱਧਰ ਅਮਰੀਕਾ ਚਲਾਉਂਦੇ ਆ ਤੇ ਅਮਰੀਕਨ ਟਰੱਕਰ ਜਿਹੜਾ ਨਾ ਉਹ ਮਤਲਬ ਕਮਲਿਆ ਹੋ ਗਿਆ ਪਿੱਛੇ ਪੈ ਜਾਂਦਾ ਵੀ ਪਤਾ ਨੀ ਇਹਨੂੰ ਤਾਂ ਇਹ ਤਾਂ ਬੜਾ ਹੀ ਜ਼ਿਆਦਾ ਕਾਲਾ ਹੈ। ਸੋ ਬਿਲਕੁਲ ਸਹੀ ਗੱਲ ਹੈ, ਕਾਹਲੀ ਨਾ ਕਰੋ, ਸਲੋ ਡਾਊਨ ਐਂਡ ਯੂ ਨੋ ਸੇਵ ਯੋਰ ਲਾਈਫ। ਹਾਂ ਜੀ, ਬਾਕੀ ਐਕਸਪੀਰੀਅੰਸ ਦੀ ਗੱਲ ਆ, ਸਿਆਣੇ ਕਹਿੰਦੇ ਜੇ ਰਾਹ ਪੈ ਜਾਣਗੇ ਜਾਂ ਵਾਹ ਪੈ ਜਾਣਗੇ, ਵਾਹ ਪੈ ਤੋਂ ਵੀ ਪਤਾ ਲੱਗਦਾ, ਪਰ ਟੈਕਨੀਕਲ ਤੌਰ ਤੇ ਚੀਜ਼ਾਂ ਨੂੰ ਸਿੱਖਣਾ ਬੜਾ ਲਾਜ਼ਮੀ ਹੈ ਜੀ। ਜੀ ਹਰਜੋਤ ਜੀ। ਜੀ ਬਿਲਕੁਲ, ਸੋ ਬਹੁਤ ਧਿਆਨ ਰੱਖਣ ਜੋ ਗੱਲ ਹੈਗੀ ਆ। ਹੁਣ ਕੈਨੇਡਾ ਤੋਂ ਆਪਣੇ ਭਾਜੀ ਆਏ ਸੀ, ਕੈਨੇਡਾ ਦੀ ਵੀ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰਦੇ ਜਾਈਏ। ਰਮਨ ਜੀ ਕਹਿੰਦੇ ਕੈਨੇਡੀਅਨ ਟਰੱਕਿੰਗ ਅਲਾਇੰਸ ਉਹਨਾਂ ਨੇ ਡਰਾਈਵਰਸ ਨੂੰ ਇਹ ਕਿਹਾ ਵੀ ਬਹੁਤ ਸਾਰੇ ਜਿਹੜੇ ਕੈਰੀਅਰਸ ਆ ਉਹ ਫਰੋਡ ਕਰ ਰਹੇ ਆ, ਫਰੋਜੂਲੈਂਟ ਕੈਰੀਅਰਸ, ਉਹਨਾਂ ਨੂੰ ਰਿਪੋਰਟ ਕਰੋ। ਡਰਾਈਵਰ ਇੰਕ ਕਰਕੇ ਇੱਕ ਟੈਕਸ ਅਵੋਇਡੈਂਸ ਸਕੀਮ ਆ, ਸੇਮ ਜਿੱਦਾਂ AB5 ਇੱਥੇ ਜਿਹੜੇ ਇੰਡੀਪੈਂਡੈਂਟ ਓਪਰੇਟਰਸ ਹੈਗੇ ਆ ਉਹਨਾਂ ਨੂੰ ਉਹ ਵਰਕਰਸ ਕੌਂਪ ਨਹੀਂ ਲੈਂਦੇ ਹੈਗੇ। ਸੋ ਉਹਦੇ ਨਾਲ ਕੀ ਆ ਵੀ ਕਿਸੇ ਦੇ ਸੱਟ ਲੱਗ ਜਾਂਦੀ ਆ, ਕਿਸੇ ਦੀ ਡੈਥ ਹੋ ਜਾਂਦੀ ਆ, ਮੁੜ ਕੇ ਫਿਰ ਉਹ ਸਾਰਾ ਕੁਛ ਉਹਨਾਂ ਦਾ ਜਿਹੜਾ ਨੁਕਸਾਨ ਹੁੰਦਾ ਆ। ਕੈਨੇਡਾ ਦੇ ਵਿੱਚ ਮਿਸ ਕਲਾਸੀਫਾਈ ਕਰ ਰਹੇ ਆ ਟਰੱਕ ਡਰਾਈਵਰਸ ਨੂੰ ਐਜ਼ ਇੰਡੀਪੈਂਡੈਂਟ ਕੰਟਰੈਕਟਰਸ। ਸੋ ਉਹਨਾਂ ਨੂੰ ਇਹ ਕਹਿ ਰਿਹਾ ਵੀ ਤੁਸੀਂ ਕਾਰਪੋਰੇਸ਼ਨ ਬਣਾ ਲਓ, ਜਿੱਦਾਂ ਇੱਥੇ ਬਣਾ ਰਹੇ ਸੀ, ਤੁਹਾਨੂੰ ਪਤਾ ਹੀ AB5 ਵੇਲੇ ਡਰਾਈਵਰ ਇੰਕ
ਬਿਜ਼ਨਸ ਮਾਡਲ ਤੇ ਤਾਂ ਕਰਕੇ ਤੁਸੀਂ ਜਿਹੜੀ ਆ ਤੁਹਾਨੂੰ ਉਹ ਇੰਸ਼ੋਰੈਂਸ ਨਹੀਂ ਲੈਣੀ ਪਊਗੀ। ਸੋ ਡਰਾਈਵਰ ਇੰਕ ਮਾਡਲ ਜਿਹੜਾ ਆ ਕਹਿੰਦੇ ਵੀ ਉਹ ਟੈਕਸਿਸ ਪੇ ਕਰਨ ਨੂੰ ਵੀ ਅਵੋਇਡ ਕਰ ਸਕਦੇ ਆ, ਹੋਰ ਜਿਹੜੇ ਬੈਨੀਫਿਟਸ ਵਰਕਰ ਨੂੰ ਦੇਣੇ ਆ ਉਹ ਵੀ ਨਹੀਂ ਦੇਣੇ ਪੈਣੇ ਹੈਗੇ, ਜਦਕਿ ਲਾਜ਼ ਹੈਗੇ ਆ ਵੀ ਤੁਹਾਡੇ ਜਿਹੜੇ ਟੈਕਸ ਆ ਲੇਬਰ ਲਾਜ਼ ਦੇ ਮੁਤਾਬਕ ਵੇਜਸ ਦੇ ਵਿੱਚੋਂ ਤੁਹਾਡੀ ਤਨਖਾਹ 'ਚੋਂ ਟੈਕਸ ਹੋਲਡ ਕਰਨਾ ਪੈਣਾ ਹੈਗਾ ਆ। ਸੋ ਇਹ ਜੋ ਕੈਨੇਡਾ ਦੇ ਵਿੱਚ ਵੀ ਚੱਲ ਰਿਹਾ ਹੈਗਾ ਨੋਨ ਕੰਪਲਾਇੰਸ, ਬਹੁਤ ਵੱਡੀ ਗਿਣਤੀ 'ਚ ਕੈਨੇਡਾ ਲੇਬਰ ਕੋਡ ਜਿਹੜਾ ਆ, ਟੈਕਸ ਕੋਡ ਆ, ਵਰਕਰਸ ਕੰਪਨਸੇਸ਼ਨ ਬੋਰਡ, ਪ੍ਰੋਵਿੰਸ਼ੀਅਲ ਰੈਵਨਿਊ ਅਥਾਰਟੀ ਤੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਤੇ ਹੋਰ ਗਵਰਨਮੈਂਟ ਪ੍ਰੋਗਰਾਮ, ਇਹ ਸਾਰੇ ਇਸ ਕਾਸੇ ਦੇ ਵਿੱਚ ਇਨਵੋਲਵ ਹੁੰਦੇ ਆ। ਸੋ ਉਹਨਾਂ ਨੇ ਇੱਕ ਟਿਪ ਸ਼ੀਟ ਜਾਰੀ ਕੀਤੀ ਆ CTA ਨੇ, ਤਾਂ ਕਿ ਜੋ ਲੋਕ ਆ ਉਹ ਰਿਪੋਰਟ ਕਰ ਸਕਣ ਕਿਹੜੇ ਜਿਹੜੀਆਂ ਟਰੱਕਿੰਗ ਕੰਪਨੀਜ਼ ਆ ਇਹ ਫਰੋਡ ਕਰ ਰਹੀਆਂ। ਜੀ ਜੀ ਰਮਨ ਜੀ ਬਿਲਕੁਲ ਜੀ, ਇਹ ਚੀਜ਼ ਤੇ ਆਪਾਂ ਬੜੀ ਦੇਰ ਤੋਂ ਕਹਿੰਦੇ ਆ ਰਹੇ ਹਾਂ, ਬੜੀ ਚੇਜ਼ ਤੋਂ ਕਰਦੇ ਆ ਰਹੇ ਹਾਂ ਕਿ ਇਹ ਚੀਜ਼ ਇੱਧਰ ਆਪਣੇ ਜਿਹੜੀ ਹੋ ਰਹੀ ਹੈਗੀ ਆ, ਔਰ ਕੈਨੇਡਾ ਦੇ ਵਿੱਚ ਵੀ ਇਹੋ ਹੀ ਸਿਸਟਮ ਚੱਲਦਾ ਹੈਗਾ, ਕੈਨੇਡਾ ਦੇ ਵਿੱਚ ਵੀ ਇਹੋ ਹੀ ਚੀਜ਼ਾਂ ਚੱਲਦੀਆਂ ਹੈਗੀਆਂ। ਸੋ ਉੱਥੇ ਜਿਹੜੀ ਹੈਗੀ ਆ ਸਿਚੁਏਸ਼ਨ, ਮੈਂ ਕੁਛ ਇੱਕ ਜਿਹੜੇ ਟਰੱਕਿੰਗ ਆਪਣੇ ਜਿਹੜੇ ਡਰਾਈਵਰ ਹੈਗੇ ਆ ਉਹਨਾਂ ਨਾਲ ਵੀ ਗੱਲ ਹੋਈ ਆ ਕਾਫੀ ਵਾਰੀ, ਤੇ ਉੱਥੇ ਪਤਾ ਲੱਗਦਾ ਹੈਗਾ ਕਿ ਡਰਾਈਵਰ ਦੀ ਇਹ ਹੁੰਦੀ ਆ ਕਿ ਭਾਜੀ ਇੰਨੇ ਤੇ ਅਸੀਂ ਟੈਕਸ ਕਿੱਦਾਂ, ਇੰਨਾ ਟੈਕਸ ਕਿੱਦਾਂ ਭਰੀਏ, ਯੂਨੋ। ਸੋ ਮੇਰੀ ਇੱਕੋ ਚੀਜ਼ ਹੈ ਕਿ ਟੈਕਸ ਜਿਹੜਾ ਹੈਗਾ ਆ ਉਹ ਇੱਥੇ ਹਰ ਇੱਕ ਨੂੰ ਰਿਕੁਆਇਰਡ ਹੈਗਾ, ਜਿਹੜਾ ਬੰਦਾ ਜੋਬਾਂ ਕਰਦੇ ਹੈਗੇ ਆ ਜਦੋਂ ਟੈਕਸ ਲੈਂਦੇ ਹੈਗੇ ਆ ਉਹਨਾਂ ਦਾ ਟੈਕਸ ਭਰਿਆ ਜਾਂਦਾ, ਹਰੇਕ ਦਾ ਟੈਕਸ ਭਰਿਆ ਜਾਂਦਾ। ਟਰੱਕਰ ਨੂੰ ਮੈਂ ਕਹਿੰਦਾ ਤੁਸੀਂ ਕੁਛ ਜ਼ਿਆਦਾ ਨਹੀਂ ਭਰ ਰਹੇ ਹੈਗੇ, ਤੁਸੀਂ ਇਹ ਨਹੀਂ ਵੀ ਕਿਸੇ ਤੋਂ ਮਤਲਬ ਜ਼ਿਆਦਾ ਟੈਕਸ ਭਰ ਰਹੇ ਹੈਗੇ, ਜੇ ਤੁਸੀਂ ਮਨੀ ਬਣਾ ਰਹੇ ਹੈਗੇ ਤਾਂ ਉੱਥੇ ਟੈਕਸ ਦੇਣਾ ਬਣਦਾ ਹੈਗਾ। ਔਰ ਕੰਪਨੀ ਜਿਹੜੀਆਂ ਹੈਗੀਆਂ, ਔਰ ਸਾਰਿਆਂ ਨੂੰ ਵੱਡੀ ਗੱਲ ਹੈ ਜੀ, ਬੈਨੀਫਿਟਸ ਜਿਹੜੇ ਆ, ਬੈਨੀਫਿਟਸ ਇਸ ਕੰਟਰੀ ਦੇ ਵਿੱਚ ਬਣਾਏ ਗਏ ਸੀ ਕਿਸੇ ਸਿਸਟਮ ਦੇ ਲਈ ਵਿੱਚ ਚੱਲਣ ਲਈ, ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਚੱਲਣ ਲਈ, ਠੀਕ ਹੈ ਨਾ। ਸੋ ਤੁਸੀਂ ਜਦੋਂ ਰਿਟਾਇਰਮੈਂਟ ਦੀ ਏਜ ਤੇ ਪਹੁੰਚਦੇ ਆ, ਰਿਟਾਇਰਮੈਂਟ ਤੁਹਾਨੂੰ ਫਿਰ ਜ਼ੀਰੋ ਰਿਟਾਇਰਮੈਂਟ ਹੁੰਦੀ ਆ, ਤੁਸੀਂ ਗਵਰਨਮੈਂਟ ਦੀ ਜਿਹੜੀ ਰਿਟਾਇਰਮੈਂਟ ਆ $1,200, ਅੱਜ ਜੇ ਇੱਕ ਬੰਦਾ ਰਿਟਾਇਰ ਹੁੰਦਾ $1,200 ਦੇ ਉਹ ਕੀ ਕਰ ਲਊਗਾ। ਔਰ ਜਿੰਨੇ ਵੀ ਟਰੱਕਰ ਅੱਜ ਤੋਂ 20 ਸਾਲ ਪਹਿਲਾਂ ਚਲਾ ਰਹੇ ਸੀਗੇ, ਅੱਜ ਜਿਹੜੇ ਰਿਟਾਇਰ ਹੋ ਰਹੇ ਆ 1099 ਤੇ, ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦੀ ਕੀ ਸਿਚੁਏਸ਼ਨ ਹੈਗੀ ਆ ਇਸ ਵੇਲੇ, ਮਤਲਬ ਕਿ ਕੋਈ ਵੀ ਚੀਜ਼ ਅਫੋਰਡ ਕਰਨੀ ਇਸ ਕੰਟਰੀ 'ਚ ਔਖੀ ਆ, $1,200-$1,500 ਮਹੀਨੇ ਦੀ ਰਿਟਾਇਰਮੈਂਟ ਤੇ। ਸੋ ਇਹ ਚੀਜ਼ ਅੱਜ ਨਹੀਂ ਹੈਗੀ, ਇਹ ਚੀਜ਼ ਲੌਂਗ ਟਰਮ ਸੋਚੋ ਕਿ ਲੌਂਗ ਟਰਮ ਤੁਸੀਂ ਇੱਥੇ ਹੈਗਾ, ਤੇ ਜੇ ਤਾਂ ਆਪਾਂ ਉਹ ਡਬਈਆ ਨੂੰ ਆਏ ਤਾਂ ਆਪਣਾ ਕਮਾ ਕੇ ਵਾਪਸ ਆਪਾਂ ਚਲੇ ਗਏ ਇੰਡੀਆ ਨੂੰ, ਫਿਰ ਤਾਂ ਡਿਫਰੈਂਟ ਕਹਾਣੀ ਆ, ਫਿਰ ਤਾਂ ਤੁਸੀਂ ਮੰਨ ਸਕਦੇ ਆ। ਪਰ ਜੇ ਤੁਸੀਂ ਇੱਥੇ ਰਹਿਣਾ, ਇੱਥੇ ਕਰਨਾ ਸਾਰਾ ਕੁਛ, ਔਰ ਫਿਰ ਮੈਨੂੰ ਹੈਰਾਨੀ ਇਸ ਚੀਜ਼ ਦੀ ਹੁੰਦੀ ਆ ਕਿ ਅਸੀਂ ਉਹੋ ਹੀ ਟੋਨ ਫੜ ਲਈ ਹੈਗੀ ਸਾਰੀ, ਕਿ ਹਰ ਇੱਕ ਚੀਜ਼ ਜਿਹੜੀ ਆ ਅਸੀਂ ਸਾਡੇ ਹੱਕ 'ਚ ਹੋਵੇ, ਟੈਕਸ ਸਾਡੇ ਹੱਕ 'ਚ ਹੋਵੇ, ਤੇ ਅਲਟੀਮੇਟਲੀ ਜਿਹੜੀ ਹੋਰ ਜਿਹੜੀਆਂ ਸਹੂਲਤਾਂ ਆ, ਜੇ ਪੁਲਿਸ ਸਮੇਂ ਤੇ ਨਹੀਂ ਆਉਂਦੀ, ਜੇ ਸਾਨੂੰ ਹੈਲਥ ਕੇਅਰ ਨਹੀਂ ਮਿਲਦੀ, ਸਾਨੂੰ ਹੋਰ ਚੀਜ਼ਾਂ, ਤੇ ਉਹਦੇ ਲਈ ਗਵਰਨਮੈਂਟ ਜ਼ਿੰਮੇਵਾਰ ਆ। ਅਸੀਂ ਉਹੀ ਇੰਡੀਆ ਵਾਲਾ ਰਾਗ ਲਾਪਣਾ ਸ਼ੁਰੂ ਕਰਤਾ, ਇੱਥੇ ਵੀ ਉਹੀ ਚੀਜ਼ ਬਣਾਉਣੀ ਸ਼ੁਰੂ ਕਰਤੀ। ਸੋ ਮੇਰੇ ਖਿਆਲ ਇਹ ਜਿਹੜਾ ਹੈਗਾ, ਅੱਜ ਮੈਂ ਅੱਜ ਟਰੱਕਿੰਗ ਕੰਪਨੀਆਂ ਨਾਲ ਵੀ ਗੱਲ ਕਰਦਾ ਹੈਗਾ, ਤੇ ਟਰੱਕਿੰਗ ਕੰਪਨੀਆਂ ਵੀ ਸੇਮ ਚੀਜ਼ ਕਹਿੰਦੀਆਂ ਹੈਗੀਆਂ ਕਿ ਨਾ ਕੀ ਦਿੰਦੇ ਆ, ਕਿੱਥੋਂ ਕਿੱਥੋਂ ਬੈਨੀਫਿਟ ਦੇਈਏ ਯਾਰ, ਅੱਜ ਅੱਜ ਦੀ ਤਰੀਕ ਤੋਂ ਸਾਡੀਆਂ ਕਿਸ਼ਤਾਂ ਨਹੀਂ ਪੂਰੀਆਂ ਹੋ ਰਹੀਆਂ ਹੈਗੀਆਂ, ਤੇ ਬੈਨੀਫਿਟ ਕਿੱਥੋਂ ਦੇਣੇ ਆ। ਸੋ ਪਰ ਇਹ ਆ ਵੀ ਇਹ ਪਾਰਟ ਆਫ ਬਿਜ਼ਨਸ ਹੈਗਾ, ਸਾਨੂੰ ਸਾਰਿਆਂ ਨੂੰ ਸਮਝ ਕੇ ਚੱਲਣਾ ਪੈਣਾ। ਜੀ ਬਿਲਕੁਲ ਜੀ ਰਮਨ ਜੀ। ਹਰਜੋਤ ਸਿੰਘ ਜੀ ਆਪਣੇ ਨਾਲ ਜੁੜੇ ਨੇ, ਅਮਰੀਕ ਜੀ। ਅਮਰੀਕ ਜੀ ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ, ਆਪਣੀ ਗੱਲ ਰੱਖ ਸਕਦੇ ਹੋ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਭਾਜੀ ਇੱਕ ਤਾਂ ਪਹਿਲਾਂ ਭਾਜੀ ਹੁਣੀ ਇਨਫੋਰਮੇਸ਼ਨ ਸ਼ੇਅਰ ਕੀਤੀ ਸੀਗੀ ਆਪਣਾ ਉਹਦੇ ਇੱਕ ਐਸੋਸੀਏਸ਼ਨ ਦੇ ਬਾਰੇ, ਜਿਹੜੇ 30,000 ਦੇ ਕਰੀਬ ਮੈਂਬਰ ਹੈਗੇ ਆ, ਉਹ ਕੁਛ ਬ੍ਰੋਕਰ ਟ੍ਰਾਂਸਪਰੈਂਸੀ ਦੇ ਉੱਤੇ ਪ੍ਰੋਟੈਸਟ ਕਰਨ ਦੇ ਜਾਂ ਸ਼ਟਡਾਊਨ ਕਰਨ ਦੇ ਕਰ ਰਹੇ ਆ, ਤੇ ਬਹੁਤ ਵਧੀਆ ਆ ਕਿ ਮੈਂ ਤਾਂ ਕਹੂੰਗਾ ਕਿ ਹੋਰ ਇੰਡੀਪੈਂਡੈਂਟ ਆਪਰੇਟਰ ਜਾਂ ਹੋਰ ਜਿਹੜੇ ਗਰੁੱਪ ਹੈਗੇ ਆ ਉਹਨਾਂ ਸਾਰਿਆਂ ਨੂੰ ਇਹਨਾਂ ਦਾ ਸਪੋਰਟ ਕਰਨਾ ਚਾਹੀਦਾ, ਤੇ ਬਹੁਤ ਵਧੀਆ ਤੁਸੀਂ ਇਹ ਗੱਲ ਲਿਆਂਦੀ ਆ। ਕਈ ਵਾਰ ਬੰਦਾ ਅਵੇਅਰ ਹੀ ਨਹੀਂ ਹੁੰਦਾ ਕਿ ਕੁਛ ਏਦਾਂ ਦਾ ਹੋ ਰਿਹਾ ਆ, ਕਿਉਂਕਿ 30,000 ਬਹੁਤ ਛੋਟਾ ਨੰਬਰ ਆ, ਇਹ ਨੰਬਰ ਬੜਾ ਕਰਨਾ ਚਾਹੀਦਾ, ਪਬਲਿਸਿਟੀ ਹੋਣੀ ਚਾਹੀਦੀ ਹੋਰ ਇਹਨਾਂ ਦੀ, ਤੇ ਇਹਨਾਂ ਨੂੰ ਬੈਸਟ ਟਾਈਮ ਪਿੱਕ ਕਰਨਾ ਚਾਹੀਦਾ, ਜਿੱਦਾਂ ਫੈਬਰੁਅਰੀ ਦਾ ਟਾਈਮ ਹੁੰਦਾ ਆ, ਉਹ ਲੀਨ ਟਾਈਮ ਹੁੰਦਾ ਟਰੱਕਿੰਗ ਦਾ, ਉਸ ਟਾਈਮ ਤੇ ਟਰੱਕ ਚਲਾ ਲਿਆ ਨਾ ਚਲਾ ਲਿਆ ਇੱਕ ਬਰਾਬਰ ਹੀ ਹੁੰਦਾ, ਤੇ ਉਹ ਲੀਨ ਟਾਈਮ ਦੇ ਉੱਪਰ ਕਰੋ ਤਾਂ ਕਿ ਮੈਸੇਜ ਜਾਏ, ਤੇ ਕੁਛ ਉਸ ਉਹ ਬਹੁਤ ਇੰਪੋਰਟੈਂਟ ਆ, ਜਿਹੜਾ ਬ੍ਰੋਕਰ ਆ ਉਹ ਕਿਲ ਕਰ ਰਿਹਾ ਇੰਡੀਪੈਂਡੈਂਟ ਆਪਰੇਟਰ ਨੂੰ, ਤੇ ਜੇ ਇੰਡੀਪੈਂਡੈਂਟ ਆਪਰੇਟਰ ਹੀ ਉਹਦੇ ਅਗੇਂਸਟ ਨਹੀਂ ਖੜਾ ਹੋਊਗਾ ਤਾਂ ਉਹ
ਉਹ ਜ਼ਿਆਦਾ ਦੇਰ ਸਰਵਾਈਵ ਨਹੀਂ ਕਰ ਸਕਦਾ। ਤੇ ਦੂਜੀ ਇੱਕ ਗੱਲ ਮੈਂ ਭਾਜੀ ਹੋਰ ਕਰਨੀ ਸੀ, ਤੁਸੀਂ ਵਿੰਟਰ ਦੇ ਬਾਰੇ ਗੱਲ ਕਰ ਰਹੇ ਹਾਂ, ਜਿਹੜਾ ਵਿੰਟਰ ਦੇ ਵਿੱਚ ਨਾ ਟ੍ਰਿਪ ਪਲੈਨਿੰਗ ਆ ਉਹ ਬਹੁਤ ਜ਼ਰੂਰੀ ਹੈ। ਤੁਸੀਂ ਟ੍ਰਿਪ ਆਪਣਾ ਪਲੈਨ ਕਰੋ, ਸਟਰੋਮ ਨੂੰ ਵਾਚ ਕਰੋ ਕਿ ਕਿਸ ਟਾਈਮ ਤੇ, ਕਿਉਂਕਿ ਉਹੀ ਜਗ੍ਹਾ ਹੁੰਦੀ ਆ ਉੱਥੇ ਅੱਜ ਕੰਡੀਸ਼ਨ ਬਿਲਕੁਲ ਬੈਡ ਹੁੰਦੀ ਆ, ਅਗਲੇ ਦਿਨ ਉੱਥੇ ਧੁੱਪ ਚੜੀ ਹੁੰਦੀ ਆ। ਜੇ ਤੁਸੀਂ ਆਪਣਾ ਟ੍ਰਿਪ ਪਲੈਨ ਸਹੀ ਕਰ ਲੈਂਦੇ ਆ, ਇੱਥੇ ਡਿਸਪੈਚਰ ਦਾ ਮੇਨ ਕੰਮ ਆਉਂਦਾ, ਜਿਹੜੇ ਇੰਡੀਪੈਂਡੈਂਟ ਆਪਰੇਟਰ ਹੈਗੇ ਆ ਜਿਹਨਾਂ ਨੂੰ ਬਹੁਤ ਚਿਰ ਹੋ ਗਿਆ ਕੰਮ ਕਰਦੇ ਹੋਏ, ਉਹਨਾਂ ਲਈ ਈਜ਼ੀ ਆ ਕਿਉਂਕਿ ਉਹ ਆਪਣੇ ਆਪ ਹੀ ਸਭ ਕੁਛ ਕਰ ਲੈਂਦੇ, ਵੈਦਰ ਵੀ ਚੈੱਕ ਕਰ ਲੈਂਦੇ ਸਭ ਕੁਛ। ਜਿਹੜੇ ਨਵੇਂ ਮੁੰਡੇ ਆ ਉਹਨਾਂ ਦਾ ਜਿਹੜਾ ਟ੍ਰਿਪ ਪਲੈਨ ਕਰਨਾ, ਉਹ ਜਿਹੜਾ ਡਿਸਪੈਚਰ ਆ ਉਹ ਖਾਲੀ ਟਰੱਕ ਕਵਰ ਤੇ ਲੋਡ ਕਵਰ ਕਰਨ ਦਾ ਨਾ ਸੋਚੇ, ਉਹ ਪ੍ਰੋਪਰਲੀ ਟ੍ਰਿਪ ਪਲੈਨ ਕਰੇ ਉਹਨਾਂ ਬੰਦਿਆਂ ਦਾ, ਤਾਂ ਕਿ ਉਹ ਇਹੋ ਜਿਹੀ ਸਿਚੁਏਸ਼ਨ 'ਚ ਹੀ ਨਾ ਫਸ ਸਕੇ। ਜੀ 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 ਬਿਲਕੁਲ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਇੱਕ ਐਸੋਸੀਏਸ਼ਨ ਆ ਉਹਨਾਂ ਦੇ ਇੰਨੇ ਮੈਂਬਰ ਆ, ਆਪਣੀਆਂ ਬਹੁਤ ਸਾਰੀਆਂ ਐਸੋਸੀਏਸ਼ਨ ਆ, ਜਿੱਦਾਂ ਰਮਨ ਭਾਜੀ ਉਹਨਾਂ ਦੀ ਵੀ ਆ, ਨੈਪਟਾ ਸੋ ਟਰੈਕਿੰਗ ਦੀਆਂ ਬਹੁਤ ਐਸੋਸੀਏਸ਼ਨ ਆ, ਇਹ ਉਹਨਾਂ ਐਸੋਸੀਏਸ਼ਨ ਵੱਲੋਂ ਕੀਤਾ। ਸੋ ਆਪਾਂ ਤਾਂ ਜਿਹੜੀ ਖ਼ਬਰ ਆ ਉਹੀ ਸਾਂਝੀ ਕੀਤੀ ਹੈਗੀ ਤੁਹਾਡੇ ਨਾਲ, ਸੋ ਤਾਂ ਕਿ ਜਿਹੜੇ ਆਪਣੇ ਇਸ ਇੰਡਸਟਰੀ ਦੇ ਵਿੱਚ ਆ ਉਹਨਾਂ ਨੂੰ ਪਤਾ ਲੱਗ ਸਕੇ ਕੀ ਕੁੱਝ ਹੋ ਰਿਹਾ ਹੈਗਾ। ਜੀ ਜੀ, ਆਪਣੇ ਨਾਲ ਕੁਛ ਹੋਰ ਕਾਲਰ ਨੇ ਜੀ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ ਜੀ। ਪਰਮਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਪਰਮਜੀਤ ਜੀ, ਤੁਸੀਂ ਆਉਂਦੇ ਹੋ ਜੀ। ਹਾਂਜੀ ਪਰਮਜੀਤ ਜੀ, ਤੁਸੀਂ ਆਉਂਦੇ ਹੋ ਜੀ, ਸਤਿ ਸ੍ਰੀ ਅਕਾਲ। ਭਾਜੀ ਮੇਰੀ ਹੋਰ ਰਿਕੁਐਸਟ ਸੀਗੀ ਜੀ, ਜਿੱਦਾਂ ਮੈਂ 4 ਦਿਨ ਪਹਿਲਾਂ ਜਿੱਦਾਂ ਆਪਣੀ ਮੋਮ ਬਾਰੇ ਦਿੱਤੀ ਸੀਗੀ, ਜਿੱਦਾਂ ਸਾਂਝੀਆਂ ਕਰਨੀਆਂ ਸੀ। ਦੂਸਰਾ ਹੁਣ ਜੁਬਾ ਸਿਟੀ ਦੇ ਵਿੱਚ ਨਗਰ ਕੀਰਤਨ ਹੋ ਰਿਹਾ ਹੈਗਾ, ਆਪਣੀ ਟੀਮ ਅੱਧੀ ਉੱਥੇ ਆਲਰੇਡੀ ਪਹੁੰਚ ਚੁੱਕੀ ਆ ਤੇ ਅਸੀਂ ਵੀ ਉੱਥੇ ਪਹੁੰਚ ਜਾਣਾ। ਸੋ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਹੈਗੇ ਆ, ਵੱਧ ਤੋਂ ਵੱਧ ਉੱਥੇ ਖਾਸ ਕਰਕੇ ਟਰੈਕਿੰਗ ਵਾਲੇ ਮਿਲਿਓ ਜ਼ਰੂਰ। ਬੂਥ ਬਿਲਕੁਲ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਐਂਟਰ ਕਰਦੇ ਆ, ਖੱਬੇ ਹੱਥ ਜਿੱਥੇ ਸ਼ੂਜ਼ ਲਾਉਣ ਦੇ ਲਈ ਉਹਨੇ ਟੈਂਟ ਬਣਾਇਆ ਉਹਦੇ ਲਾਗੇ ਹੀ ਹੈਗਾ। ਤੇ ਇਸ ਵਾਰੀ ਦਾ ਜਿਹੜਾ ਨਗਰ ਕੀਰਤਨ ਆ ਉਹ ਅਪੀਲ ਡੈਮੋਕਰੇਟ ਨੇ ਨਿਊਜ਼ ਜਾਰੀ ਕੀਤੀ ਆ, ਕਹਿੰਦੇ ਵੀ ਬਹੁਤ ਵੱਡਾ ਹੋਊਗਾ, 2 ਲੱਖ ਤੋਂ ਵੱਧ ਲੋਕਾਂ ਦੇ ਸੰਗਤ ਦੇ ਮੈਂਬਰਾਂ ਦੀ ਪਹੁੰਚਣ ਦੀ ਆਸ ਆ, ਕਿਉਂਕਿ ਪਿਛਲੇ ਸਾਲ ਵੀ ਹਜੇ ਥੋੜਾ ਬਹੁਤਾ ਕੋਰੋਨਾ ਦਾ ਡਰ ਸੀ, ਪਰ ਇਸ ਵਾਰੀ ਬਿਲਕੁਲ ਕਲੀਅਰ ਆ। ਪਹਿਲਾਂ ਕੁਛ ਖ਼ਬਰਾਂ ਆਈਆਂ ਸੀ ਵੀ ਸ਼ਾਇਦ ਮੀਂਹ ਆਜੂਗਾ, ਪਰ ਹੁਣ ਅੱਜ ਮੈਂ ਦੇਖ ਰਿਹਾ ਵੀ ਸੈਚਰਡੇ ਸੰਡੇ ਫ੍ਰੀ ਹੈਗਾ, ਕੋਈ ਮੀਂਹ ਨੀ ਹੈਗਾ। ਹਾਂ ਠੰਡ ਜ਼ਰੂਰ ਆ, ਫਿਰ ਜਿੰਨੇ ਕੁ ਨੇ ਜਾਣਾ ਖਾਸ ਕਰਕੇ ਆਪਣੀ ਕੋਈ ਜੈਕਟ ਵਗੈਰਾ ਜ਼ਰੂਰ ਲੈ ਜਾਇਓ, ਹਨਾ, ਖਾਸ ਕਰਕੇ ਜਿਹੜੇ ਸਿਆਣੇ ਬੰਦੇ ਹੈਗੇ ਆ। ਤੇ 8 ਵਜੇ ਮੇਨ ਜਿਹੜੀਆਂ ਸਟਰੀਟਸ ਹੈਗੀਆਂ ਗੁਰਦੁਆਰਾ ਸਾਹਿਬ ਨੂੰ ਜਾਂਦੀਆਂ ਉਹ ਬੰਦ ਹੋ ਜਾਂਦੀਆਂ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਉਹਦੇ ਲਈ ਉਹਨਾਂ ਨੇ ਪਾਰਕਿੰਗ ਰੱਖੀ ਹੈਗੀ ਆ ਗੁਰੂ ਘਰ ਦੇ ਸੇਵਾਦਾਰਾਂ ਨੇ, ਰਿਵਰ ਵੈਲੀ ਹਾਈ ਸਕੂਲ ਦੇ ਵਿੱਚ। ਉੱਥੋਂ 22 ਬੱਸਾਂ ਲਗਾਤਾਰ ਹਰ 5-5, 10-10 ਮਿੰਟ ਬਾਅਦ ਤੁਰਨਗੀਆਂ। ਸੋ ਜੇ ਗੁਰਦੁਆਰਾ ਸਾਹਿਬ ਦੇ ਲਾਗੇ ਨਹੀਂ ਤੁਸੀਂ ਪਹੁੰਚ ਸਕਦੇ ਤੇ ਰਿਵਰ ਵੈਲੀ ਜਿਹੜਾ ਹਾਈ ਸਕੂਲ ਆ ਉੱਥੇ ਪਾਰਕ ਕਰ ਸਕਦੇ ਹੈਗੇ ਆ। ਜਿਹੜੀ ਜੁਬਾ ਸਿਟੀ ਦੀ ਪੁਲਿਸ, ਸ਼ੈਰਿਫ ਡਿਪਾਰਟਮੈਂਟ, ਇਹ ਸਾਰਾ ਕੁਝ ਉੱਥੇ ਇਨਵੋਲਵ ਹੋਊਗੇ। ਸੋ ਜਿੰਨੇ ਵੀ ਸਾਡੇ ਸਰੋਤੇ ਆ ਵੱਧ ਚੜ ਕੇ ਪਹੁੰਚੋ, ਖਾਸ ਕਰਕੇ ਟਰੱਕਰਸ। ਉੱਥੇ ਨਾਮ ਬਾਣੀ ਦੇ ਜਾਪ ਚੱਲ ਰਹੇ ਆ, ਅਖੰਡ ਪਾਠ ਸਾਹਿਬ ਚੱਲ ਰਹੇ ਆ, ਆਪਾਂ ਅਰਦਾਸ ਕਰੀਏ ਸਾਰਿਆਂ ਦੇ ਬਿਜ਼ਨਸ ਵਧਣ ਫੁੱਲਣ ਤੇ ਜਿਨ੍ਹਾਂ ਕੋਲ ਟਾਈਮ ਆ ਉੱਥੇ ਸੇਵਾ ਕਰਨ, ਜਿੱਦਾਂ ਦੀ ਵੀ ਸੇਵਾ ਕਰ ਸਕਦੇ ਆ। ਬਹੁਤ ਜਿਹੜੇ ਟਰੱਕਰ ਵੀਰ ਆ ਕਿੰਨੇ ਸਾਲਾਂ ਤੋਂ 44 ਸਾਲਾਂ ਤੋਂ ਜਿਹੜੀ ਆ ਉੱਥੇ ਸੇਵਾ ਕਰ ਰਹੇ ਆ, ਇੱਕ ਇੱਕ ਮਹੀਨੇ ਦੀ ਛੁੱਟੀ ਲੈ ਲੈਂਦੇ ਆ। ਇਸ ਵਾਰ ਜਿਹੜੇ ਆ ਵੈਸੇ ਹੀ ਕੰਮ ਸਲੋ ਆ, ਸੋ ਸਾਰਿਆਂ ਨੂੰ ਉੱਥੇ ਜਿਹੜੀ ਆ ਜਿੱਥੇ ਜਿੱਥੇ ਵੀ ਕੋਈ ਸੇਵਾ ਕਰ ਸਕਦਾ, ਕੋਈ ਪਾਰਕਿੰਗ ਦੀ, ਕੋਈ ਲੰਗਰ ਦੀ, ਕੋਈ ਗੁਰਦੁਆਰਾ ਸਾਹਿਬ ਦੇ ਅੰਦਰ, ਹਰ ਇੱਕ ਜਗ੍ਹਾ। ਜਿੱਦਾਂ ਆਪਾਂ ਰੇਡੀਓ ਦੇ ਉੱਤੇ ਜਿਹੜੇ ਨਹੀਂ ਪਹੁੰਚ ਸਕਦੇ ਉਹਨਾਂ ਦੇ ਕੰਨਾਂ ਤੱਕ ਗੁਰਬਾਣੀ ਪਹੁੰਚਾਉਣ ਲਈ ਕੀ ਉੱਥੇ ਪ੍ਰੋਗਰਾਮ ਹੋ ਰਿਹਾ ਉਹ ਆਪਾਂ ਤੁਹਾਡੇ ਨਾਲ ਸੇਵਾ ਕਰਦੇ ਹੈਗੇ ਆ। ਤੇ ਜਿਹੜਾ ਵੀ ਬੰਦਾ ਜਿੰਨੀ ਵੀ ਸੇਵਾ ਕਰ ਸਕਦਾ ਹੈਗਾ, ਇਹ ਜਿਹੜਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਤੇ ਆਪਾਂ ਵਧੀਆ ਰੋਲ ਮਾਡਲ ਬਣੀਏ, ਕਿਸੇ ਤਰ੍ਹਾਂ ਦੀ ਉੱਥੇ ਸ਼ਰਾਰਤ ਵਗੈਰਾ ਨਾ ਕਰੀਏ, ਕਿਸੇ ਦੀ ਕੋਈ ਆਪਣੀ ਪ੍ਰੋਬਲਮ ਆ ਬਈ ਗੁਰੂ ਘਰਾਂ ਦੇ ਵਿੱਚ ਨਹੀਂ ਇੱਦਾਂ ਦੀ ਲੜਾਈ ਝਗੜਾ ਕਰਨਾ ਚਾਹੀਦਾ, ਬਾਹਰ ਜਿੱਥੇ ਮਰਜ਼ੀ ਜਿਹੜਾ ਆ ਉਹ ਤੁਸੀਂ ਕਰ ਲਓ, ਵੈਸੇ ਤਾਂ ਵੈਸੇ ਹੀ ਨਹੀਂ ਕਰਨਾ ਚਾਹੀਦਾ ਹੈਗਾ। ਸੋ ਇਹ ਇੱਕ ਬਹੁਤ ਵਧੀਆ ਜਿਹੜੀ ਈਵੈਂਟ ਹੁੰਦੀ ਆ, ਬਹੁਤ ਸਾਲਾਂ ਤੋਂ ਜੁਬਾ ਸਿਟੀ ਦੇ ਜਿਹੜੇ ਬਜ਼ੁਰਗ ਆ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਸੀ ਨਗਰ ਕੀਰਤਨ ਦੀ, ਤੇ ਸਾਨੂੰ ਵੱਧ ਚੜ ਕੇ ਜਿਹੜਾ ਉਹਦੇ ਚ ਹਿੱਸਾ ਪਾਉਣਾ ਚਾਹੀਦਾ। ਜਸਪਾਲ ਸਿੰਘ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ। ਜਸਪਾਲ ਸਿੰਘ ਜੀ,
ਪਲਾਨ ਤਾਂ ਸਾਨੂੰ ਆਪ ਹੀ ਕਰਨਾ ਪੈਣਾ ਕਿ ਹਾਂ ਵੀ ਆਪਣਾ ਟਾਈਮ ਵਾਧੂ ਰੱਖ ਕੇ ਕਿਉਂਕਿ ਵਿੰਟਰ ਦੇ ਵਿੱਚ ਕਿਤੇ ਹਾਈਵੇ ਕੰਡੀਸ਼ਨ ਖਰਾਬ ਹੋ ਸਕਦੀ ਆ ਕਿਤੇ ਕਲੀਅਰ ਹੁੰਦੀ ਵਧੀਆ ਹੁੰਦਾ ਤੇ ਉਸ ਹਿਸਾਬ ਨਾਲ ਆਪਣਾ ਐਕਸਟਰਾ ਟਾਈਮ ਲੈ ਕੇ ਚੱਲਣਾ ਚਾਹੀਦਾ ਦੂਜਾ ਸਾਨੂੰ ਆਪਣੇ ਘਰ ਪਰਿਵਾਰਾਂ 'ਚ ਵੀ ਇਹ ਗੱਲ ਜ਼ਰੂਰ ਕਰਨੀ ਚਾਹੀਦੀ ਜਦੋਂ ਅਸੀਂ ਕਿਸੇ ਸੈਮੀ ਟਰੱਕ ਕੋਈ ਡਿਸਟੈਂਸ ਰੱਖ ਕੇ ਚੱਲ ਰਿਹਾ ਤੇ ਕਈ ਵਾਰੀ ਏਦਾਂ ਦਾ ਅਸੀਂ ਗੈਪ ਰੱਖ ਕੇ ਚੱਲੀਦਾ ਮੂਹਰੇ ਕਾਰ ਵਾਲਾ ਆ ਕੇ ਕਹਿੰਦਾ ਹੁਣ ਪਤਾ ਨੀ ਇਹ ਕਿਹੜੇ ਸਦਾਈ ਆ ਇੰਨਾ ਗੈਪ 'ਚ ਜਾ ਰਿਹਾ ਨਾ ਮੂਹਰੇ ਆ ਕੇ ਕਾਰ ਫਸਾ ਦਿੰਦੇ ਆ ਟਰੱਕ ਦੇ ਛੋਟੀਆਂ ਗੱਡੀਆਂ ਚ ਟਰੈਵਲ ਕਰਦੇ ਆ ਉਹਨਾਂ ਨੂੰ ਇਹਨਾਂ ਗੱਲਾਂ ਦਾ ਖਾਸ ਕਰਕੇ ਜ਼ਰੂਰ ਦੱਸਣਾ ਚਾਹੀਦਾ ਜਿਹਦੇ ਕਰਕੇ ਉਹ ਵੀ ਸੇਫ ਰਹਿਣਗੇ ਤੇ ਆਪਣੇ ਟਰੱਕ ਵੀ ਸੇਫ ਰਹਿਣਗੇ ਕਿਉਂਕਿ ਬਹੁਤ ਵਾਰੀ ਇਹ ਦੇਖਿਆ ਸਡਨਲੀ ਕਈ ਛੋਟੀਆਂ ਗੱਡੀਆਂ ਵਾਲੇ ਕਰਦੇ ਆ ਉਹਨਾਂ ਨੇ ਰਾਈਟ ਟਰਨ ਮਾਰਨਾ ਹੁੰਦਾ ਟਰੱਕ ਨੂੰ ਓਵਰਟੇਕ ਕਰਕੇ ਟਰੱਕ ਦੇ ਮੂਹਰੇ ਬ੍ਰੇਕ ਮਾਰ ਕੇ ਫਿਰ ਰਾਈਟ ਟਰਨ ਐਗਜ਼ਿਟ ਕਰਦੇ ਆ ਤੇ ਇਸ ਤਰ੍ਹਾਂ ਦੀ ਬਹੁਤ ਪ੍ਰੋਬਲਮ ਆਉਂਦੀ ਆ ਤੇ ਇਹਨਾਂ ਗੱਲਾਂ ਜ਼ਰੂਰ ਖਿਆਲ ਰੱਖਣਾ ਚਾਹੀਦਾ ਤੇ ਆਪਣੇ ਫਰੈਂਡ ਸਰਕਲ 'ਚ ਆਪਣੇ ਪਰਿਵਾਰਾਂ 'ਚ ਇਹ ਗੱਲਾਂ ਜ਼ਰੂਰ ਦੱਸਣੀਆਂ ਚਾਹੀਦੀਆਂ ਜਿਹੜੀਆਂ ਛੋਟੀਆਂ ਗੱਡੀਆਂ ਚਲਾ ਰਹੇ ਆ ਤੇ ਡਿਸਟੈਂਸ ਤਾਂ ਬਹੁਤ ਜ਼ਰੂਰੀ ਆ ਤੇ ਦੂਸਰੀ ਗੱਲ ਇਹ ਆ ਜਿੱਦਾਂ ਦੱਸ ਰਹੇ ਸੀ ਭਾਜੀ ਹੁਣੀ ਪਹਿਲਾਂ ਕਿ ਵੀ ਜਦੋਂ ਆਪਣੇ ਜਿਹੜੀ ਕਿੱਟਾਂ ਐਮਰਜੈਂਸੀ ਰੱਖਣੀ ਚਾਹੀਦੀ ਆ ਗੈਸ ਸਿਲੰਡਰ ਵਗੈਰਾ ਜਦੋਂ ਆਪਾਂ ਅੰਦਰ ਟਰੱਕ ਦੇ ਬਲਦੇ ਆ ਤੇ ਆਕਸੀਜਨ ਦਾ ਜ਼ਰੂਰ ਉਸ 'ਤੇ ਖਿਆਲ ਰੱਖਣਾ ਚਾਹੀਦਾ ਟਰੱਕ ਨੂੰ ਪੂਰਾ ਬੰਦ ਕਰਕੇ ਬਿਲਕੁਲ ਕਦੇ ਵੀ ਜਿਹੜੀ ਆ ਇੱਦਾਂ ਦੀ ਗੈਸ ਵਗੈਰਾ ਨਹੀਂ ਚਲਾਉਣੀ ਚਾਹੀਦੀ ਉਹਦੇ ਕਾਫੀ ਐਫਰਟ ਹੋ ਜਾਂਦੇ ਕਿਉਂਕਿ ਟਰੱਕ ਦੇ ਅੰਦਰ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਤੇ ਆਪਾਂ ਨੂੰ ਹੌਲੀ ਹੌਲੀ ਉਹ ਪਤਾ ਨੀ ਲੱਗਦਾ ਕਿ ਆਪਣਾ ਆਪਣੀ ਬੋਡੀ ਸਰਵਾਈਵ ਕਰਨ ਨੂੰ ਹਟ ਜਾਂਦੀ ਹੈ ਤਾਂ ਆਕਸੀਜਨ ਦੀ ਕਮੀ ਹੋ ਜਾਂਦੀ ਆ ਅੰਦਰ ਅੱਗ ਬਲਦੀ ਹੁੰਦੀ ਆ ਤੇ ਬਸ ਥੈਂਕ ਯੂ ਜੀ ਬਾਕੀ ਬਹੁਤ ਵਧੀਆ ਵਿਚਾਰ ਨੇ ਸਾਰਿਆਂ ਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਟੁਰੰਟੇ ਜੀ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਬਿਲਕੁਲ ਜਸਪਾਲ ਸਿੰਘ ਜੀ ਇਹ ਤਾਂ ਅਕਸਰ ਹੀ ਜਦੋਂ ਆਪਾਂ ਜਾਈਦਾ ਫ੍ਰੀਵੇ ਦੇ ਉੱਤੇ ਤੇ ਉਦੋਂ ਦੇਖੀਦਾ ਕਿ ਲੋਕ ਟਰੱਕ ਦੇ ਉੱਤੇ ਜਿਹੜੀ ਟਰੱਕ ਦੇ ਮੂਹਰੇ ਜਿਹੜੀ ਸਪੇਸ ਹੁੰਦੀ ਉਹਨੂੰ ਐਂ ਲੱਗਦਾ ਕਿ ਇਹਨਾਂ ਨੂੰ ਇਹ ਵਰਤਣ ਵਾਸਤੇ ਛੱਡੀ ਆ ਪਰ ਇਹ ਤਾਂ ਟੈਸਟ ਦੇ ਵਿੱਚ ਵੀ ਸਵਾਲ ਆਉਂਦਾ ਕਿ ਬਈ ਉਹ ਲਾਰਜ ਟਰੱਕ ਜਿਹੜੇ ਹੁੰਦੇ ਨੇ ਉਹਨਾਂ ਮੂਹਰੇ ਸਪੇਸ ਕਿਉਂ ਛੱਡੀ ਜਾਂਦੀ ਆ ਟੈਸਟ ਸਾਰੇ ਪਾਸ ਕਰਦੇ ਨੇ ਪਾਸ ਕਰਕੇ ਕਾਰ 'ਤੇ ਚੜ੍ਹਦੇ ਨੇ ਪਰ ਪਤਾ ਨਹੀਂ ਕਿਉਂ ਇਹਨਾਂ ਚੀਜ਼ਾਂ ਨੂੰ ਫਿਰ ਬਾਅਦ ਦੇ ਵਿੱਚ ਅਣਗੌਲਿਆਂ ਕਰਨ ਲੱਗ ਪੈਂਦੇ ਨੇ ਲੋਕ ਬੂਟਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਹਰਜੋਤ ਸਿੰਘ ਜੀ ਖਾਲਸਾ ਜੀ ਤੇ ਰਮਨ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਣੇ ਆਂਦੇ ਨੇ ਜਾਂ ਤਾਂ ਵਾਹ ਪਿਆ ਜਾਣੀਏ ਤੇ ਜਾਂ ਰਾਹ ਪਿਆ ਜਾਣੀਏ ਤੇ ਜਾਂ ਦੇ ਔਲੇ ਖਾਦੜਾ ਸਵਾਲ ਪਿੱਛੋਂ ਆਉਂਦਾ ਹਨਾ ਜੀ ਤੇ ਇਹ ਇਹ ਕਈ ਬੰਦੇ ਤਾਂ ਸਿਆਣੇ ਹੁੰਦੇ ਆ ਉਹਨੂੰ ਜੇ ਗੱਲ ਕਹੀਏ ਨਾ ਵੀ ਭਾਈ ਐ ਨੀ ਐ ਕਰ ਲਾ ਉਹ ਆਖੇ ਲੱਗ ਜਾਂਦੇ ਉਹ ਥੈਂਕ ਯੂ ਵੀ ਕਰਦੇ ਤੇ ਕਈ ਮੇਰੇ ਨਾਲੋਂ ਹਜ਼ਾਰ ਗੁਣੇ ਕੜੱਕੜ ਹੁੰਦੇ ਆ ਉਹ ਆਨੇ ਤੂੰ ਮੈਥੋਂ ਸਿਆਣਾ ਬਣਦਾ ਯਾਰ ਇਹ ਨੀ ਬਈ ਸਿਆਣੇ ਆਨੇ ਨੇ ਕੰਧ ਰਾਇਆ ਜਿਹੜੀ ਕੰਧ ਤੋਂ ਵੀ ਲੈ ਲੋ ਤੇ ਇਹ ਚੱਕਰ ਆ ਜੀ ਕੱਲ ਦਾ ਦੂਜਾ ਇੱਕ ਸੀਗਾ ਫੋਟੋ ਲੱਗੀ ਬਾਬਾ ਦੀਪ ਸਿੰਘ ਜੀ ਦੀ ਕੰਨਾਂ ਚ ਪਾਈਆਂ ਨੱਤੀਆਂ ਤੇ ਸਿਗਰਟਾਂ ਪੀਂਦਾ ਬਾਹਰ ਨੂੰ ਮੂੰਹ ਕਰ ਕਰਕੇ ਤੇ ਮੈਂ ਉਹਨੂੰ ਕੱਲ ਕਿਹਾ ਯਾਰ ਬਾਈ ਮੈਂ ਜੇ ਤੂੰ ਪੀਣੀ ਆ ਮੈਂ ਤੈਨੂੰ ਪੀਣ ਤੋਂ ਨੀ ਹਟਾਉਂਦਾ ਉਹ ਆਪਦੀ ਪਰਦੇ ਨਾ ਪੀ ਲਾ ਹੈ ਆਹਦਾ ਅੰਕਲ ਯਾਰ ਤੇਰਾ ਢਿੱਡ ਦੁਖਦਾ ਵੇਖੋ ਤੇ ਮਾੜਾ ਕੰਮ ਆਣਾ ਜੇ ਖਾਣਾ ਪੀਣਾ ਖਾਓ ਪੀਓ ਪਰ ਪਰਦੇ ਨਾ ਤੇ ਤੁਸੀਂ ਫੋਟੋ ਲਾ ਦਿਓ ਅਗਲਿਆਂ ਦੇ ਲੋਕੀ ਤਾਂ ਇੱਥੇ ਇਹਨਾਂ ਪਿੱਛੇ ਕੀ ਕੁਛ ਹੋਈ ਜਾਂਦਾ ਤੇ ਤੁਸੀਂ ਭਾਈ ਇਹ ਫੁਰਲੇ ਡਾਉਣੇ ਆ ਨਾਲ ਢਾ ਲਾਉਣੇ ਹਰੇਕ ਚੀਜ਼ ਨੂੰ ਹਨਾ ਜੀ ਤੇ ਦੂਜਾ ਨੰਬਰ ਆ ਜੀ ਵੀ ਜਿਹੜਾ ਜਾਣਾ ਨਾ ਆਪਾਂ ਜਦੋਂ ਚੈਨਾ ਸੱਤ ਹੋਣੀਆਂ ਚਾਹੀਦੀਆਂ ਤੇ ਪਾਉਣੀਆਂ ਵੀ ਪਤਾ ਹੋਣਾ ਚਾਹੀਦਾ ਵੀ ਕਿਹੜੇ ਕਿਹੜੇ ਟਾਇਰਾਂ ਤੇ ਪਾਉਣੀਆਂ ਕਈ ਮੇਰੇ ਵਰਗੇ ਸਟੇਅਰਿੰਗ ਟਾਇਰ ਤੇ ਹੀ ਠੋਕ ਲੈਂਦੇ ਆ ਉਹ ਮੁੜ ਕੇ ਜੋ ਮਾੜਾ ਤੁਰਦੇ ਉਦੋਂ ਪਤਾ ਲੱਗਦਾ ਕਈਆਂ ਨੂੰ ਇਹ ਨੀ ਪਤਾ ਤੇ ਨਾਲ ਚੈਨਾ ਪਾਉਣੀਆਂ ਫਿਰ ਉਹਨਾਂ ਨੂੰ ਲਾਉਣਾ ਫਿਰ ਉਹਨਾਂ ਨੂੰ ਰੱਖਣਾ ਕਿਸ ਹਿਸਾਬ ਨਾਲ ਟਾਂਗਣਾ ਵੀ ਜਿਹੜੀਆਂ ਮਿੰਟੋ ਮਿੰਟੀ ਸਿੱਧੀਆਂ ਕਰਕੇ ਤੇ ਬੰਦਾ ਪਾ ਲੇ ਹਨਾ ਹਾਂਜੀ ਤੇ ਦੂਜਾ ਨੰਬਰ ਆ ਵੀ ਡਰਾਈ ਫਰੂਟ ਚਾਹੀਦਾ ਜੀ ਤੁਹਾਡੇ ਕੋਲੇ ਦੂਜਾ ਫਰੂਟ ਵੀ ਚਾਹੀਦਾ ਜੇ ਤੁਸੀਂ ਸਨੋ 'ਚ ਜਾਂਦੇ ਆ ਤੇ ਇੱਕ ਰੇਨਕੋਟ ਤੇ ਇੱਕ ਜਿਹੜੇ ਰਬੜ ਦੇ ਸ਼ੂ ਹੁੰਦੇ ਆ ਗੋਡਿਆਂ ਟਾਪਕ ਆਉਂਦੇ ਹੁੰਦੇ ਆ ਉਹ ਸਨੋ ਸਾਹ ਦੇ ਵਿੱਚ ਫਿਰ ਤੁਹਾਨੂੰ ਪੈਰ ਨੀ ਤੁਹਾਡੇ ਠਰਦੇ ਭੇਜਦੇ ਨੀ ਸੌਖਾ ਰਹਿੰਦਾ ਕੰਮ ਜੀ ਜੀ ਠੀਕ ਹੈ ਜੀ ਤੇ ਆ ਜਿਹੜਾ ਕਹਿੰਦੇ ਸੀਗੇ ਵੀ ਸਿਲੰਡਰ ਵਾਲਾ ਕੰਮ ਇਹਦੇ ਜੀ ਜਦੋਂ ਵੀ ਉਹ ਬਾਲਣਾ ਤੇ ਸੀਸੇ ਡਾਊਨ ਕਰ ਲਓ ਥੋੜੇ ਜੇ ਸਾਈਡਾਂ ਤੋਂ ਬਸ ਇਹੀ ਸੀਗਾ ਚਲੋ ਮਹਾਰਾਜ ਸਾਹਿਬ ਦਾ ਭਲਾ ਕਰੇ ਸਭ ਨੂੰ ਤੰਦਰੁਸਤੀਆਂ ਖੁਸ਼ੀਆਂ ਕਿਹੜੇ ਬਖਸ਼ੇ ਜਿੰਨਾ ਕੁ ਸੇਫਟੀ ਹੋ ਜਾਏ ਉਨੀ ਚੰਗੀ ਚੰਗੀ ਹੈ ਜੀ ਥੈਂਕ ਯੂ ਜੀ ਬਿਲਕੁਲ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਹਰਜੋਤ ਜੀ
ਜੀ ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ ਹੀ ਆ। ਹਾਂਜੀ ਜੀ ਬਿਲਕੁਲ। ਸੋ ਆਪਣਾ ਸਮਾਂ ਜਿਹੜਾ ਸਮਾਪਤੀ ਵਾਲਾ ਤੇ ਜਾਂਦੇ ਜਾਂਦੇ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਦੇ ਚੱਲੀਏ। ਗੁਰਦੁਆਰਾ ਸਾਹਿਬ ਟੈਰਾਬਿਊਨਾ ਯੂਬਾ ਸਿਟੀ ਤੋਂ ਪੰਜਾਬੀ ਰੇਡੀਓ ਐਸਏ ਦੇ ਯੂਟਿਊਬ ਚੈਨਲ ਤੇ ਜਿਹੜੇ ਸ਼ਾਮ ਦੇ ਦੀਵਾਨ ਆ ਉਹ ਲਾਈਵ ਟੈਲੀਕਾਸਟ ਕੀਤੇ ਜਾਂਦੇ ਆ, ਤੁਸੀਂ ਇਹਨਾਂ ਨੂੰ ਸਰਵਣ ਕਰ ਸਕਦੇ ਹੋ ਤੇ ਨਾਲ ਨਾਲ ਇਹਨਾਂ ਦੀਵਾਨਾਂ ਦੀ ਜਿਹੜੀ ਲਾਈਵ ਟੈਲੀਕਾਸਟ ਆ ਉਹਨੂੰ ਆਪਣੇ ਰਿਸ਼ਤੇਦਾਰਾਂ, ਦੂਰ ਦੁਰਾਡੇ ਬੈਠੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਉਹ ਦਰਸ਼ਨ ਦੀਦਾਰੇ ਕਰਨਾ ਚਾਹੁੰਦੇ ਨੇ, ਉਹਨਾਂ ਦੇ ਨਾਲ ਤੁਸੀਂ ਸਾਂਝਾ ਜ਼ਰੂਰ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਬੈੱਲ ਆਈਕਨ ਦਬਾਉਣਾ ਨਾ ਭੁੱਲਿਓ। ਅਤੇ ਜਿਹੜੇ ਵੀ ਕਈ ਵਾਰੀ ਪ੍ਰੋਗਰਾਮਾਂ ਦੇ ਵਿੱਚ ਦੂਜੇ ਪ੍ਰੋਗਰਾਮਾਂ ਦੀ ਬਾਬਤ ਜਿਹੜੀ ਕਾਲ ਆ ਜਾਂਦੀ ਆ, ਕੁਛ ਜਿਹੜੇ ਕਾਰਜ ਨੇ ਉਹ ਪੰਜਾਬੀ ਰੇਡੀਓ ਯੂ ਐਸ ਏ ਦੇ ਉੱਤੇ ਸੇਵਾ ਦੇ ਵਾਸਤੇ ਕੌਮ ਦੇ ਵਾਸਤੇ ਚਲਾਏ ਗਏ ਨੇ ਅਤੇ ਉਹਨਾਂ ਦੇ ਵਾਸਤੇ ਕੋਈ ਚਾਰਜ ਨਹੀਂ ਅਸੀਂ ਕਰਦੇ। ਇਸ ਕਰਕੇ ਕਈ ਵਾਰੀ ਇਹ ਜਿਹੜੇ ਆਪਣੇ ਜ਼ਿੰਦਗੀ ਦੇ ਵਿੱਚ ਵਿਚਰਦੇ ਆ ਬਹੁਤ ਸਾਰੇ ਸਦਮੇ ਆਪਾਂ ਨੂੰ ਲੱਗਦੇ ਨੇ, ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਆਪਣੀ ਸਾਰਿਆਂ ਦੀ ਵੀ ਕਿ ਜਿਹੜੇ ਪ੍ਰੋਗਰਾਮ ਆ ਚੱਲਦਾ ਸੰਬੰਧਿਤ ਉਹਦੇ ਨਾਲ ਜੇ ਗੱਲਬਾਤ ਹੋਵੇ ਤਾਂ ਉਸ ਤੋਂ ਬਾਅਦ ਆਪਾਂ ਕਾਲ ਕਰ ਸਕਦੇ ਹਾਂ। ਸਾਡੀ ਟੀਮ 24 ਘੰਟੇ ਇਹਨਾਂ ਲਾਈਨਾਂ ਦੇ ਉੱਤੇ ਅਵੇਲੇਬਲ ਹੁੰਦੀ ਆ। ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੀ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਤੋਂ, ਈਵਨ ਕਿ ਰਾਤ ਨੂੰ 2 ਵਜੇ ਤੱਕ ਵੀ ਸਾਡੇ ਜਿਹੜੇ ਟੀਮ ਮੈਂਬਰ ਆ ਉਹ ਕਾਲਜ ਨੂੰ ਰਿਪਲਾਈ ਕਰਦੇ ਆ ਔਰ ਅਸੀਂ ਸਿਰ ਝੁਕਾ ਕੇ ਇਸ ਕਾਰਜ ਨੂੰ ਲੱਗੇ ਹੋਏ ਹਾਂ ਕਿ ਜਦੋਂ ਵੀ ਕਿਤੇ ਇਸ ਦੀ ਕੋਈ ਜਾਣਕਾਰੀ ਹੁੰਦੀ ਆ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉਹਨੂੰ ਕੌਮ ਦੇ ਨਾਲ, ਇੱਥੇ ਪੰਜਾਬੀ ਭਾਈਚਾਰੇ ਦੇ ਨਾਲ ਸਾਂਝੀ ਕੀਤੀ ਜਾਵੇ। ਪਰ ਫਿਰ ਵੀ ਜੇ ਕਿਤੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਉਹਦੇ ਲਈ ਅਸੀਂ ਖਿਮਾ ਦੇ ਯਾਚਕਾਂ, ਕੋਸ਼ਿਸ਼ ਕਰਾਂਗੇ ਕਿ ਇਹ ਤਰੁੱਟੀਆਂ ਨੂੰ ਦੂਰ ਕੀਤਾ ਜਾਵੇ। ਜੀ ਹਰਜੋਤ ਜੀ ਜੀ, ਸੋ ਜਾਂਦੇ ਜਾਂਦੇ ਇਕੱਲਾ ਯੂਬਸੀ ਇਕੱਲਾ ਯੂਟਿਊਬ ਨਹੀਂ, ਫੇਸਬੁੱਕ ਨਹੀਂ, ਤੇ ਤੁਸੀਂ ਪੰਜਾਬੀ ਰੇਡੀਓ ਯੂ ਐਸ ਏ ਦੇ 13 ਜਿਹੜੇ ਸਾਡੇ ਏ ਐਮ ਤੇ ਐਫ ਐਮ ਰੇਡੀਓ ਸਟੇਸ਼ਨ ਆ ਯੂਬਾ ਸਿਟੀ ਦੇ ਵਿੱਚ ਰੈਡਿੰਗ ਦੇ ਲਾਗੇ ਸ਼ੁਰੂ ਹੋ ਜਾਂਦਾ 1450 ਏ ਐਮ ਤੇ 96.5 ਐਫ ਐਮ। ਅੱਗੇ ਫਿਰ ਤੁਸੀਂ ਜਦੋਂ ਸੈਕਰਾਮੈਂਟੋ ਜਾਂਦੇ ਆ, ਜਦੋਂ ਤੁਸੀਂ ਗੁਰੂ ਘਰ ਜਾਂਦੇ ਆ, ਕਿਤੇ ਜਾਣਾ ਆਉਣਾ ਕਾਰਾਂ ਚ, ਤਾਂ ਵੀ ਜਿਹੜਾ ਸਾਰਾ ਪ੍ਰੋਗਰਾਮ ਆ ਉਹ ਲਾਈਵ ਸੁਣਦੇ ਜਾ ਸਕਦੇ ਆ। ਸੈਕਰਾਮੈਂਟੋ ਚ 1470 ਏ ਐਮ ਤੇ 105.9 ਐਫ ਐਮ। ਉਹ ਤੋਂ ਅੱਗੇ ਫਿਰ ਸਟੋਕਟਨ ਲੋਡ ਆਈ ਵਾਲਾ ਏਰੀਆ ਆ ਜਾਂਦਾ, ਉਹ ਤੁਸੀਂ 1570 ਏ ਐਮ ਦੇ ਉੱਤੇ, ਤੇ ਉਸ ਤੋਂ ਅੱਗੇ ਫਿਰ ਮੋਡੈਸਟੋ ਮੰਟੀਕਾ ਜਿਹੜਾ ਹੈਗਾ ਉਹ ਏਰੀਆ ਆ ਜਾਂਦਾ ਆ, ਟ੍ਰੇਸੀ ਲੈਥਰੋਪ ਦਾ, ਉਹ ਤੁਸੀਂ 920 ਏ ਐਮ ਤੇ 107.1 ਐਫ ਐਮ ਤੇ 92.3 ਐਫ ਐਮ ਤੇ ਸੁਣ ਸਕਦੇ ਆ। ਉਸ ਤੋਂ ਅੱਗੇ ਤੁਸੀਂ ਫਿਰ ਫਰਿਜਨ ਵਾਲੇ ਏਰੀਏ ਚ ਆ ਜਾਂਦੇ ਆ ਜਿੱਥੇ 1300 ਏ ਐਮ ਤੇ 104.5 ਐਫ ਐਮ ਤੇ, ਤੇ ਅੱਗੇ ਜਾ ਕੇ ਫਿਰ ਬੇਕਰਸਫੀਲਡ ਵਾਲਾ ਏਰੀਆ ਆ ਜਾਂਦਾ ਜਿੱਥੇ 1350 ਏ ਐਮ ਤੇ 107.5 ਐਫ ਐਮ ਤੇ ਸੁਣ ਸਕਦੇ ਹੋ। ਤੇ ਬੇ ਏਰੀਆ ਜਿਹੜਾ ਕੈਲੀਫੋਰਨੀਆ ਦਾ ਆ, ਉੱਥੇ ਸਾਡਾ ਸਭ ਤੋਂ ਵੱਡਾ ਰੇਡੀਓ ਸਟੇਸ਼ਨ ਆ 50,000 ਵਾਟ ਦਾ, 1170 ਏ ਐਮ ਤੇ 99.3 ਐਫ ਐਮ। ਸੋ ਪੂਰਾ ਇੱਧਰੋਂ ਹਲਿਸਟਰ ਤੋਂ ਲੈ ਕੇ ਉੱਧਰੋਂ ਡੇਵਿਸ ਤੱਕ ਤੇ ਇੱਧਰੋਂ ਟ੍ਰੇਸੀ ਤੱਕ ਸਾਰਾ ਜਿਹੜਾ ਏਰੀਆ ਇਹ ਕਵਰ ਹੁੰਦਾ ਆ। ਜਦੋਂ ਵੀ ਤੁਸੀਂ ਟਰੱਕ 'ਚ ਬੈਠੇ ਆ, ਕਾਰ 'ਚ ਬੈਠੇ ਆ, ਸੋ ਇਹਨੂੰ ਔਨ ਕਰ ਲਿਆ ਕਰੋ। ਖਾਸ ਕਰਕੇ ਜਿਹੜੇ ਹੁਣ ਪ੍ਰੋਗਰਾਮ ਆ, ਈਵਨ ਯੂਟਿਊਬ ਤੇ ਤਾਂ ਸਾਰਾ ਦਿਨ ਯੂਬਾ ਸਿਟੀ ਤੋਂ ਚੱਲ ਰਿਹਾ ਪ੍ਰੋਗਰਾਮ ਲਾਈਵ, ਤੇ ਸ਼ਾਮਾਂ ਦੇ ਜਿਹੜੇ ਸਾਰੇ ਪ੍ਰੋਗਰਾਮ ਆ 6 ਵਜੇ ਤੋਂ ਲੈ ਕੇ 9:30-10 ਵਜੇ ਤਾਈਂ ਉਹ ਤੁਸੀਂ ਲਾਈਵ ਜਿੰਨੇ ਵੀ ਸਾਡੇ ਏ ਐਮ ਐਫ ਐਮ ਰੇਡੀਓ ਸਟੇਸ਼ਨ ਆ ਉਹਨਾਂ ਤੇ ਤੁਸੀਂ ਸੁਣ ਸਕਦੇ ਹੋ। ਤੇ ਇੱਕ ਵਾਰੀ ਫੇਰ ਬੇਨਤੀ ਆ ਵੀ ਜਿਹੜੇ ਤੁਸੀਂ ਸੁਣਦੇ ਹੋ ਘਰਾਂ ਦੇ ਵਿੱਚ, ਚਾਹੇ ਦੂਰੋਂ ਆਏ ਆ, ਬਹੁਤ ਸਾਰੇ ਆਪਣੇ ਸਰੋਤਿਆਂ ਨੂੰ ਜਿਹੜੇ ਇੰਟਰਨੈਟ ਰੇਡੀਓ ਸੈਟਸ ਦੀ ਜ਼ਰੂਰਤ ਹੋਊਗੀ ਉਹ ਲਿਮਿਟਡ ਹੈਗੇ ਆ ਸਾਡੇ ਕੋਲ, ਤੇ ਉਹ ਤੁਸੀਂ ਕਾਲ ਵੀ ਕਰ ਲਿਓ 408-272-5200 ਤੇ ਤੁਸੀਂ ਉੱਥੇ ਯੂਬਾ ਸਿਟੀ ਜਿੱਥੇ ਸਾਡਾ ਬੂਥ ਲੱਗਾ ਆ ਉੱਥੋਂ ਲਿਜਾ ਵੀ ਸਕਦੇ ਹੋ। ਤੇ ਨਾਲ ਦੀ ਨਾਲ ਗੁਰਬਾਣੀ ਦੇ ਰੇਡੀਓ ਸੈਟਸ ਵੀ ਹੈਗੇ ਆ, ਤੇ ਤੁਸੀਂ ਮਿਲ ਕੇ ਜਾਇਓ ਸਾਰਿਆਂ ਨੂੰ, ਪੂਰੀ ਟੀਮ ਸਾਡੀ ਉੱਥੇ ਪਹੁੰਚੀ ਹੋਊਗੀ, ਤੇ ਸਾਰਿਆਂ ਲਈ ਬਹੁਤ ਧਿਆਨ ਦੇ ਨਾਲ ਡਰਾਈਵ ਕਰੋ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਹੈਗਾ। 3 ਦਿਨ ਪ੍ਰੋਗਰਾਮ ਬਹੁਤ ਵਧੀਆ ਹੈ, ਬਹੁਤ ਹੀ ਵਧੀਆ ਢਾਡੀ ਜਥੇ ਉੱਥੇ ਪਹੁੰਚੇ ਹੋਏ ਆ ਕੀਰਤਨੀ, ਤੇ ਉੱਥੇ ਵੀ ਪਹੁੰਚੋ, ਜਿਹੜੇ ਨਹੀਂ ਪਹੁੰਚ ਸਕਦੇ ਉਹ ਘਰਾਂ ਦੇ ਵਿੱਚ ਸੁਣੋ। ਜੀ ਜੀ, ਸੋ ਇੱਥੇ ਹੀ ਤੁਹਾਡੇ ਸਭ ਤੋਂ ਲੈਣਾ ਇਜਾਜ਼ਤ। ਜਾਣ ਤੋਂ ਪਹਿਲਾਂ ਰਮਨ ਢਿੱਲੋਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ, ਇੱਥੇ ਲੈਣੇ ਜੀ ਇਜਾਜ਼ਤ ਸਾਡੇ ਦੋਵਾਂ ਵੱਲੋਂ, ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਯੂ ਐਸ ਏ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ। ਬਹੁਤ ਬਹੁਤ ਧੰਨਵਾਦ।